ਅਸੀਂ ਆਪਣ ਲੈ ਕੇ ਆਈਆਂ ਆਪਣਾ ਪ੍ਰੋਗਰਾਮ ਮਾਵਾਂ ਭੈਣਾਂ ਦੀਆਂ ਗੱਲਾਂ। ਅਤੇ ਅੱਜ ਮੈਂ ਕਹਿ ਰਹੀ ਹਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਕਿਉਂਕਿ ਮੇਰੀ ਭੈਣਾਂ ਨੇ ਕਿਹਾ ਕਿ ਸਾਨੂੰ ਹਿੰਦੀ 'ਚ ਵੀ ਪ੍ਰੋਗਰਾਮ ਚਾਹੀਦਾ। ਮੈਂ ਕੋਈ ਨਾ, ਤੁਹਾਡੀ ਖੁਸ਼ੀ ਲਈ ਬੈਠੇ ਹਾਂ ਅਸੀਂ ਸਾਰਿਆਂ ਦੇ ਲਈ। ਅਤੇ ਤਾਂ ਕਰਕੇ ਅਸੀਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਸਟੂਡੀਓ ਨੰਬਰ ਦੱਸ ਦਿੰਦੇ ਹਾਂ, 6477101575, 6477101575, 647-710-1575। ਅਤੇ ਸਾਡਾ ਸਟੂਡੀਓ ਨੰਬਰ ਆ। ਜਦ ਤੱਕ ਤੁਸੀਂ ਤਿਆਰ ਹੁੰਦੇ ਹੋ ਆਪਾਂ ਪ੍ਰੋਗਰਾਮ ਸ਼ੁਰੂ ਕਰ ਲੈਣਾ ਉੱਥੋਂ, ਕਹਿੰਦੇ ਮੈਡਮ ਜੀ। ਹਾਂਜੀ, ਅਤੇ ਮੈਨੂੰ ਬੜੀ ਡਿਮਾਂਡ ਆਈ ਹੈ, ਕਹਿੰਦੇ ਸਾਨੂੰ ਹਿੰਦੀ ਤੁਸੀਂ ਜ਼ਰੂਰ ਵੀ ਸਾਨੂੰ ਹਿੰਦੀ ਸਾਰੇ ਪ੍ਰੋਗਰਾਮ ਦੇ ਵਿੱਚ ਗੀਤ ਬੋਲੀਆਂ ਪੰਜਾਬੀ ਤੁਸੀਂ ਬਹੁਤ ਕਰਦੇ ਹੋ, ਅੱਜ ਹਿੰਦੀ ਵੀ ਕਰਿਓ। ਅਸੀਂ ਜਿਹੜਾ ਪ੍ਰੋਗਰਾਮ ਪਿਛਲੇ ਵਾਰੀ ਕੀਤਾ ਸੀ ਉਸੇ ਪ੍ਰੋਗਰਾਮ ਨਾਲ ਜੁੜਦਾ ਪ੍ਰੋਗਰਾਮ ਹੀ ਅਸੀਂ ਜਿਹੜਾ ਵਾ ਉਹਦੀ ਸ਼ੁਰੂਆਤ ਲੈ ਕੇ ਆਏ ਹਾਂ। ਪਿਛਲੇ ਪ੍ਰੋਗਰਾਮ ਵਿੱਚ ਅਸੀਂ ਬੱਚਿਆਂ ਦਾ ਟੌਪਿਕ ਸ਼ੁਰੂ ਕੀਤਾ ਸੀ ਜਿਹੜਾ ਆਪਣਾ ਚੱਲ ਰਿਹਾ ਸੀਗਾ। ਆਪਾਂ ਬੱਚਿਆਂ 'ਤੇ ਗੱਲ ਕੀਤੀ ਸੀ, ਫੋਨਾਂ ਬਾਰੇ ਵੀ, ਫੋਨ ਬਹੁਤ ਕਰਦੇ ਆ, ਫੋਨ 'ਤੇ ਧਿਆਨ ਰੱਖਦੇ ਆ। ਇਹ ਬਹੁਤ ਹੀ ਇੱਕ ਹਾਲੀ ਛੋਟਾ ਜਿਹਾ ਪੁਆਇੰਟ ਸੀ ਜਿਹਦੇ 'ਤੇ ਆਪਾਂ ਪਹੁੰਚੇ, ਪਰ ਇਹ ਹੈ ਬਹੁਤ ਵੱਡਾ ਹੈ ਜਿਹਦੇ 'ਤੇ ਆਪਾਂ ਪਹੁੰਚਣਾ ਹੈ। ਉਹਦੇ ਵਿੱਚ ਇੱਕ ਮਕਸਦ ਸੀ ਆਪਣਾ ਜਿਹੜਾ ਮੈਂ ਟੌਪਿਕ ਉਹਦੇ ਵਿੱਚ ਰੱਖਿਆ ਸੀ ਕਿ ਫਿਰ ਆਪਾਂ ਕੀ ਕਰੀਏ, ਮਾਂ ਭੈਣਾਂ ਪਿਓ ਜੋ ਵੀ ਆ ਉਹ ਫਿਰ ਇਹਨਾਂ ਬੱਚਿਆਂ ਵਾਸਤੇ ਕੀ ਕਰਨ, ਕੀ ਕਰਨਾ ਚਾਹੀਦਾ ਸਾਨੂੰ ਕਿ ਇਹ ਬੱਚੇ ਜਿਹੜੇ ਆ ਉਹ ਸਾਡੇ ਨੇੜੇ ਆਉਣ। ਆਪਾਂ ਟੌਪਿਕ ਤੇ ਇੱਥੋਂ ਤੱਕ ਲਿਆਂਦਾ ਸੀ ਕਿ ਸਾਡੇ ਤੋਂ ਦੂਰ ਗਏ, ਦੂਰ ਹੁੰਦੇ ਜਾ ਰਹੇ, ਲੇਕਿਨ ਆਪਾਂ ਕੀ ਕਰੀਏ ਕਿ ਆਪਣੇ ਇਹ ਬੱਚੇ ਸਾਡੇ ਨੇੜੇ ਆਉਣ। ਔਰ ਇਹ ਬਹੁਤ ਵੱਡਾ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਟੌਪਿਕ ਆ ਜਿਹੜਾ ਛੇਤੀ ਖਤਮ ਹੋਣ ਵਾਲਾ ਨਹੀਂ ਤੇ ਜਿਸ ਨੂੰ ਆਪਾਂ ਲੈ ਕੇ ਅੱਗੇ ਚੱਲੀਏ। ਥੋੜਾ ਹਿੰਦੀ ਮੇਂ ਬਾਤ ਕਰਤੇ ਹੈ ਕਿ ਇਹ ਸਭੀ ਕੇ ਲੀਏ ਹੈ। ਸਭੀ ਕੋ ਸੋਚਣਾ ਪੜੇਗਾ ਨਾ ਇਸਕੇ ਲੀਏ ਤੋ। ਬਿਲਕੁਲ ਬਿਲਕੁਲ, ਕਿਉਂ ਨਹੀਂ, ਸਭੀ ਕੋ ਸੋਚਣਾ ਪੜੇਗਾ, ਸਭ ਮਾਂ ਬਹਿਨੋ ਕੋ ਲੀਏ ਇਹ ਟੌਪਿਕ ਹੈ। ਤੇ ਅਸੀਂ ਇਹ ਚਾਹੁੰਦੇ ਆ ਕਿ ਸਾਡੇ ਨਾਲ ਜਿਹੜਾ ਸਾਡੇ ਭਰਾ ਵੀ ਜੁੜਨ, ਬੱਚੇ ਵੀ ਜੁੜਨ, ਤੇ ਸਾਰੇ ਜਣੇ ਸਾਨੂੰ ਇਹ ਜਿਹੜਾ ਵਾ ਵੀ ਇਹਦੇ ਬਾਰੇ ਚ ਵਿਚਾਰ ਦਿਆ ਕਰਨ, ਤਾਂ ਕਿ ਆਪਾਂ ਇਹਨਾਂ ਬੱਚਿਆਂ ਤੱਕ ਇਹ ਗੱਲ ਪਹੁੰਚਾਈਏ ਕਿ ਅਸੀਂ ਬੱਚਿਆਂ ਤੋਂ ਦੂਰ ਨਹੀਂ। ਜੇ ਬੱਚੇ ਦੂਰ ਜਾ ਰਹੇ ਆ ਤੇ ਅਸੀਂ ਬੱਚਿਆਂ ਤੋਂ ਦੂਰ ਨਹੀਂ, ਤੇ ਨਾ ਹੀ ਅਸੀਂ ਬੱਚਿਆਂ ਤੋਂ ਦੂਰ ਹੋਣਾ, ਤੇ ਇਹਨਾਂ ਨੂੰ ਅਸੀਂ ਨੇੜੇ ਕਿੱਦਾਂ ਲਿਆਈਏ। ਸਭ ਤੋਂ ਇਹ ਜਿਹੜਾ ਵਾ ਟੌਪਿਕ ਜਿਹੜਾ ਵਾ ਬਹੁਤ ਹੀ ਜ਼ਰੂਰੀ ਹੈ ਜੀ, ਟੌਪਿਕ ਜੋ ਬੋਲ ਰਹੇ ਹੈ ਬਹਿਣ ਜੀ ਗੁਰਮੀਤ ਕੌਰ ਜੀ, ਟੌਪਿਕ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਅਬ ਹਮ ਸ਼ੁਰੂਆਤ ਕਰਤੇ ਹੈ ਗੀਤ ਸੇ ਕਰੀਏ, ਬੋਲੀ ਸੇ ਕਰੀਏ। ਆਪ ਬੋਲੀ ਪਾਏਗੇ ਕੋਈ ਗੀਤ ਤੇ ਕਰ ਲੋ, ਆਪ ਆਪਣਾ ਗੀਤ ਰੱਖੋ, ਮੈਂ ਆਪਣਾ ਗੀਤ ਗਾ ਦੂੰ ਜੀ। ਇਹ ਲੜਕੀ ਕੀ ਸ਼ਾਦੀ ਕਾ ਹੈ, ਹਮ ਯਹੀ ਗਾ ਦੇਤੇ ਹੈ। ਤਾਰੋਂ ਕਾ ਚਮਕਤਾ ਗਹਿਣਾ ਹੋ, ਫੂਲੋਂ ਕੀ ਮਹਿਕਤੀ ਬਾਦੀ ਹੋ, ਜਿਸ ਉਸ ਘਰ ਮੇ ਖੁਸ਼ਹਾਲੀ ਆਏ, ਜਿਸ ਘਰ ਮੇ ਤੁਮਾਰੀ ਸ਼ਾਦੀ ਹੋ। ਤਾਰੋਂ ਕਾ ਚਮਕਤਾ ਗਹਿਣਾ ਹੋ, ਫੂਲੋਂ ਕੀ ਮਹਿਕਤੀ ਬਾਦੀ ਹੋ, ਜੇ ਫੂਲ ਤੁਮਾਰੇ ਜੇਵਰ ਹੈ, ਜੇ ਚਾਂਦ ਤੁਮਾਰਾ ਹੈ ਐਨਾ, ਤੁਮ ਜਬ ਐਸੇ ਸ਼ਰਮਾਤੀ ਹੋ, ਲੋਕੋਂ ਕਾ ਧੜਕਤਾ ਹੈ ਸੀਨਾ, ਹਰ ਐਨਾ ਤੁਮਕੋ ਦੇਖੇ, ਤੁਮ ਤੋ ਐਸੀ ਸ਼ਹਿਜਾਦੀ ਹੋ, ਉਸ ਘਰ ਮੇ ਖੁਸ਼ਹਾਲੀ ਆਏ, ਜਿਸ ਘਰ ਮੇ ਤੁਮਾਰੀ ਸ਼ਾਦੀ ਹੋ। ਤਾਰੋਂ ਕਾ ਚਮਕਤਾ ਗਹਿਣਾ ਹੋ, ਫੂਲੋਂ ਕੀ ਮਹਿਕਤੀ ਬਾਦੀ ਹੋ, ਉਸਕੇ ਖੁਸ਼ੀਓਂ ਕੇ ਮਹਿਲੋਂ ਮਹਿਮੇ ਬੈਠੋ, ਕੋਈ ਗਮ ਨਾ ਤੁਮਾਰੇ ਪਾਸ ਆਏ, ਖੁਸ਼ੀਓਂ ਕੇ ਮਹਿਲੋਂ ਮੇ ਬੈਠੋ, ਕੋਈ ਗਮ ਨਾ ਤੁਮਾਰੇ ਪਾਸ ਆਏ, ਨਾ ਉਮਰ ਕਾ ਪਹਿਰਾ ਹੋ ਤੁਮ ਪਰ, ਮੇਰੀ ਦਿਲ ਕੀ ਦੁਆਏ ਰੰਗ ਲਾਏ, ਨਾ ਉਮਰ ਕਾ ਪਹਿਰਾ ਹੋ ਤੁਮ ਪਰ, ਮੇਰੇ ਦਿਲ ਕੀ ਦੁਆਏ ਰੰਗ ਲਾਏ, ਰੱਬ ਹਸਤਾ ਰੱਖੇ ਹੈ ਤੁਮਕੋ, ਤੁਮ ਤੋ ਹਸਨੇ ਕੀ ਆਦੀ ਹੋ,
ਰੱਬ ਹੱਸਤਾ ਹੁਆ ਰੱਖੇ ਤੁਮਕੋ, ਤੁਮ ਤੋ ਹੱਸਣੇ ਕੀ ਆਦੀ ਹੋ। ਉਸ ਘਰ ਮੇ ਤੋ ਖੁਸ਼ਹਾਲੀ ਆਏ, ਜਿਸ ਘਰ ਮੇ ਤੁਮਾਰੀ ਸ਼ਾਦੀ ਹੋ। ਉਤਾਰੋਂ ਕਾ ਚਮਕਤਾ ਗਹਿਣਾ ਹੋ, ਫੂਲੋਂ ਕੀ ਚ ਮਹਿਕਤੀ ਬਾਦੀ ਹੋ। ਉਸ ਘਰ ਮੇ ਖੁਸ਼ਹਾਲੀ ਆਏ, ਜਿਸ ਘਰ ਮੇ ਤੁਮਾਰੀ ਸ਼ਾਦੀ ਹੋ। ਹਾਂਜੀ, ਮੈਂ ਕਿਹਾ ਬੇਬੀ ਬਹੁਤ ਜ਼ਰੂਰੀ ਹੈ, ਉਹਨੇ ਹਮੇਂ ਬੋਲਾ ਥਾ ਕਿ ਆਪ ਜ਼ਰੂਰ ਗਾਣਾ ਆਂਟੀ ਹਿੰਦੀ ਮੇ ਸੌਂਗ, ਕਿ ਹਮ ਆਪਕਾ ਪ੍ਰੋਗਰਾਮ ਦੇ ਤੋ ਹੈ, ਪਰ ਹਮਕੋ ਪੂਰੀ ਸਮਝ ਨਹੀਂ ਆਤੀ ਆਪਕੀ ਪੰਜਾਬੀ ਕੇ, ਵੀ ਪੰਜਾਬੀ ਬੋਲੀ ਕੀ ਵੀ ਥੋੜ੍ਹੇ ਥੋੜ੍ਹੇ ਸਮਝ ਤੋ ਹੈ, ਪਰ ਪੂਰੀ ਸਮਝ ਨਹੀਂ ਆਤੀ ਹੈ। ਮੈਂ ਕਿਹਾ ਠੀਕ ਹੈ, ਇਸ ਵਾਰ ਤੋਂ ਮਿਜੇਗਾ, ਅਤੇ ਅਗਰ ਨੈਕਸਟ ਟਾਈਮ ਮੈਂ ਆਪਣੇ ਜੋ ਪੰਜਾਬੀ ਗਾਣੇ ਉਹਨਾਂ ਕੋ ਮੈਂ ਹਿੰਦੀ ਮੇ ਕਰੂੰਗੀ, ਚੇਂਜ ਹਿੰਦੀ ਮੇ ਚੇਂਜ ਕਰਕੇ ਸੁਣਾਉਂਗੀ, ਇੱਕ ਦੋ ਗਾਣੇ ਆਪਕੋ ਸੁਣਾ ਦਿਆ ਕਰੇਂਗੇ। ਹਾਂਜੀ, ਜੈਸੇ ਕਹਿਤੇ ਹੈ ਹਾਂ, ਜਿਸ ਤਰ੍ਹਾਂ ਤੁਹਾਨੂੰ ਥੋੜ੍ਹੇ ਟੋਪਿਕ ਦੇ ਬਾਰੇ 'ਚ ਗੱਲ ਕੀਤੀ ਸੀ, ਮੈਂ ਨਾਲ ਜੋੜਨਾ ਚਾਹੁੰਦੀ ਹਾਂ ਫਿਰ ਉਸੇ ਟੋਪਿਕ ਦੇ, ਕਿ ਇੱਕ ਮਾਂ ਜਿਹੜੀ ਆ ਉਹ ਬੱਚੇ ਵਾਸਤੇ ਰੱਬ ਦਾ ਰੂਪ ਆ, ਅਤੇ ਬੱਚੇ ਦੇ ਨਾਲ ਆਪਾਂ ਕਿਸ ਤਰ੍ਹਾਂ ਦਾ ਵਿਹਾਰ, ਕਿਸ ਤਰ੍ਹਾਂ ਦਾ ਪਿਆਰ ਪਾਇਆ, ਕਿ ਉਹ ਬੱਚਾ ਜਿਹੜਾ ਬੇਸ਼ੱਕ ਕਿਸੇ ਕਾਰਨ ਕਰਕੇ ਦੂਰੀ 'ਤੇ ਜਾ ਰਿਹਾ ਹੈ, ਲੇਕਿਨ ਤੁਹਾਡੇ ਵੱਲ ਫਿਰ ਖਿੱਚਿਆ ਜਾਵੇ ਤੇ ਬੱਚਾ ਤੁਹਾਡੇ ਵੱਲ ਨੂੰ ਵਧੋ ਵਧੀ ਜਿਹੜਾ ਇਹ ਨਾ ਨੇੜੇ ਆਵੇ, ਨਾ ਕਿ ਉਹ ਤੁਹਾਡੇ ਤੋਂ ਦੂਰ ਜਾਵੇ। ਇਹ ਨਾ ਜ਼ਿੰਦਗੀ ਜਿਹੜੀ ਲਾਈਫ ਆ ਇੱਥੇ ਕੈਨੇਡਾ ਦੀ ਨਾ, ਹਾਂਜੀ ਹਾਂਜੀ, ਕੈਨੇਡਾ ਦੀ ਲਾਈਫ ਇਦਾਂ ਦੀ ਹੋ ਗਈ ਕਿ ਉਹ ਹਸਬੈਂਡ ਵੀ ਕੰਮ ਕਰਦਾ, ਵਾਈਫ ਵੀ ਬਾਹਰ ਕੰਮ ਕਰਦੀ ਆ, ਬੱਚਿਆਂ ਨਾਲ ਨਾ ਪਾਰਟਿਸਿਪੇਟ ਕਰਨ ਦਾ ਟਾਈਮ ਹੀ ਹੈ ਨੀਗਾ, ਬਸ ਜੇ ਸਮਾਂ ਪਾਸ ਕਰਨ ਬੱਚੋਂ ਕੇ ਸਾਥ ਆਪਣੇ ਗਏ, ਬਿਲਕੁਲ ਬਿਲਕੁਲ, ਉਨਕੇ ਪਾਸ ਟਾਈਮ ਹੀ ਨਹੀਂ ਹੈ, ਬਿਲਕੁਲ ਹੈ, ਤੇ ਦਾਦਾ ਦਾਦੀ ਘਰ ਪੇ ਹੋਤੇ ਹੈ, ਉਨਕੇ ਬਾਤ ਨਹੀਂ ਮਾਨਤੇ, ਮਾਨਤੇ ਬਾਤ ਬੱਚੋਂ ਬਸ ਆਹ ਦੇਖ ਲੇਤੇ ਹੈ, ਆਹ ਕਾਰਟੂਨ ਦੇਖ ਲਏ, ਕੁਛ ਦੇਖ ਲਿਆ, ਪਰ ਜੋ ਮੋਬਾਈਲ ਹੈ ਉਸਕੀ ਜ਼ਿਆਦਾ ਆਦਤ ਪੜ ਗਈ ਹੈ ਬੱਚੋਂ ਕੋ। ਵੈਸੇ ਪਰ ਸਾਨੂੰ ਨੇੜੇ ਹੋਣਾ ਹੀ ਪਊ ਨਾ, ਕੱਢਣਾ ਪਊ, ਕੱਢਣਾ ਚਾਹੀਦਾ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ, ਨਮਸਕਾਰ, ਜੈ ਹਿੰਦ, ਅੱਜ ਹਮ ਹਿੰਦੀ ਮੇ, ਅੱਜ ਹਮ ਹਿੰਦੀ ਮੇ ਬਾਤ ਕਰੇਂਗੇ, ਹਮ ਤਾਂ ਅੱਜ ਤਾਂ ਪੰਜਾਬੀ ਮੇ ਕਰੇਂਗੇ, ਹਿੰਦੀ ਮੇ ਬਾਤ ਕਰੇਗੀ, ਹਿੰਦੀ ਬੋਲਣ ਲੱਗ ਗਏ। ਹਾਂਜੀ, ਮੇਰੇ ਕੋ ਰਿਕੁਐਸਟ ਆਈ ਹੈ ਕਿਤੇ ਨਾ ਕਿ ਆਪ ਹਿੰਦੀ ਮੇ ਥੋੜਾ ਆਂਟੀ ਬਾਤ ਕਰਨਾ, ਮੈਂ ਹਮਕੋ ਸਮਝ ਨਹੀਂ ਆਤੀ ਆਪਕੀ ਪੰਜਾਬੀ ਕੀ, ਨਾ ਆਪਕੇ ਗਾਣੇ ਸਮਝ ਆਤੀ ਹੈ, ਮੈਂ ਕੋਈ ਬਾਤ ਨਹੀਂ, ਮੈਨੇ ਇਹ ਗਾਣਾ ਤੋਂ ਗਾ ਦਿਆ ਉਨਕਾ, ਮੈਂ ਕਿਹਾ ਚਲੋ। ਹਾਂਜੀ, ਹੋਰ ਸੁਣਾਓ ਤੁਸੀਂ, ਕੀ ਹਾਲ ਆ? ਠੀਕ ਹੈ, ਹਿੰਦੀ ਵਾਲਾ ਹਿੰਦੀ ਬੋਲੋ, ਪੰਜਾਬੀ ਵਾਲਾ ਪੰਜਾਬੀ ਬੋਲੋ। ਹਾਂਜੀ ਹਾਂਜੀ, ਤੁਸੀਂ ਬੋਲੋ। ਸੈਟਰਡੇ ਕਰੂੰਗੀ, ਫਰਾਈਡੇ ਵੀ, ਸੈਟਰਡੇ ਵੀ ਅਪੋਇੰਟਮੈਂਟ ਦਵਾ ਰਹੀ ਸੀ ਉਹਨਾਂ ਦੀ, ਫੇਰ ਉੱਥੇ ਮੈਂ 2 ਵੱਜ ਗਏ ਸੀ ਹੋਸਪਿਟਲੇ। ਹਾਂਜੀ, ਤਾਂ ਕਰਕੇ ਮੈਂ ਤੋਂ ਆ ਨਹੀਂ ਹੋਇਆ, ਸੋਰੀ ਮੰਗਦੀ ਹਾਂ ਮੈਂ ਸਾਰਿਆਂ ਤੋਂ, ਸੋਰੀ ਮੰਗਦੀ ਹਾਂ, ਮੈਂ ਤੋਂ ਆ ਨਹੀਂ ਹੋਇਆ। ਹਾਂਜੀ ਹਾਂਜੀ, ਮੈਂ ਤਾਂ ਬਹੁਤ, ਮੈਨੂੰ ਡਾਊਟ ਹੈ ਮਨ ਦੇ, ਭੈਣਾਂ ਮੇਰੀਆਂ ਡਿਗਰੀਆਂ ਹੋਣਗੀਆਂ, ਵੀ ਜੇ ਮੂਹਰੇ ਬਹਿ ਜਾਂਦੀਆਂ 2 ਵਜੇ ਆ ਕੇ ਵੀ ਪ੍ਰੋਗਰਾਮ ਆਊਗਾ, ਮੈਨੂੰ ਗੁਰਦੁਆਰੇ ਬਹੁਤ ਨੇ ਕਿਹਾ, ਕਹਿੰਦੇ 2 ਵਜੇ ਦੇ, ਕਹਿੰਦੇ ਬੈਠੇ ਦੇਖੀ ਗਏ, ਹੁਣ ਆਉਂਦਾ ਹੁਣ ਆਉਂਦਾ ਹੁਣ ਆਉਂਦਾ, ਮੈਂ ਕਿਹਾ ਮੈਂ ਸੈਟਰਡੇ ਕਿਹਾ ਸੀ, ਕਹਿੰਦੇ ਸੈਟਰਡੇ ਬੈਠੇ ਰਹੇ ਇਸ 2 ਵਜੇ ਆ ਕੇ, ਮੂਹਰੇ ਟੀਵੀ 'ਤੇ ਕੰਮ ਕੁੰਮ ਕਰਿਆ, ਮੈਂ ਸੋਰੀ ਫੀਲ ਕਰਦੀ ਹਾਂ ਮੈਂ ਬਹੁਤ ਜ਼ਿਆਦਾ। ਤੇ ਸੁਣਾਓ ਕੀ ਸੁਣਾਉਂਦੇ ਹੋ? ਚੰਦ ਤੇ ਸੂਰਜ ਪੈਆ ਝਗੜਾ, ਕੌਣ ਤੇ ਗਾਣੀ ਹਾਰਿਆ ਵੇ, ਸੂਰਜ ਗਏ ਚੰਦ ਗਏ, ਮੈਨੂੰ ਦੇਖੇ ਜਗ ਸਾਰਾ, ਸੂਰਜ ਗਏ ਮੈਂ ਤਪ ਤਾਰਿਆ ਵੇ, ਵੇ ਸੂਈ ਸੀ ਤੇ ਸੁਰਮੇ ਪੈਰੀਆ ਝਗੜਾ, ਕੌਣ ਜਿੱਤੇ ਕੌਣ ਹਾਰਿਆ ਵੇ, ਸੀਸ ਗਏ ਮੈਨੂੰ ਦੇਖੇ ਜਗ ਸਾਰਾ, ਸੁਰਮਾ ਗਏ ਮੈਂ ਨੈਣ ਜਿਗਾਰਿਆ।
ਕੌਣ ਹਾਰੇ ਆਵੇ ਹੱਥਾਂ ਵਿੱਚ ਰਹਿ ਗਈਆਂ ਨਵ ਜਾਂ ਸੋਣੀ ਗਏ ਜਟ ਜਾਣਾ ਵੇ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਬਹੁਤ ਸੋਹਣਾ ਤੁਹਾਡਾ ਗੀਤ ਆ। ਹਾਂਜੀ, ਥੈਂਕ ਯੂ ਕਾਲ ਕਰਨ ਲਈ। ਮਾਂ ਫਿਰ ਬੱਚੇ ਵਾਸਤੇ ਕੀ ਕਰਨ ਦੀ ਕੋਸ਼ਿਸ਼ ਕਰਦੀ ਆ, ਜੇਕਰ ਕਿਤੇ ਉਹਦੇ ਬਾਪ ਵਿੱਚ ਕਿਤੇ ਸ਼ਰਾਬ ਪੀਣ ਦੀ ਜਾਂ ਕੋਈ ਇਹੋ ਜਿਹੀ ਆਦਤ ਹੈ ਜਿਸ ਕਰਕੇ ਬੱਚਾ ਥੋੜੀ ਦੂਰੀ ਤੇ ਜਾਣਾ ਸ਼ੁਰੂ ਹੋ ਜਾਂਦਾ ਹੈ। ਉਹ ਸੋਚਦਾ ਹੈ ਕਿ ਇਹ ਕੀ ਚੀਜ਼ ਆ ਜਿਹੜੀ ਚੀਜ਼ ਇਹ ਲੈ ਕੇ ਇੰਨੀ ਖੁਸ਼ੀ ਮਹਿਸੂਸ ਕਰਦੇ ਆ। ਹੌਲੀ ਹੌਲੀ ਉਹਦੇ ਬਾਰੇ ਜਾਣਨਾ ਸ਼ੁਰੂ ਕਰਦੇ ਆ, ਫਿਰ ਉਹਨਾਂ ਚੀਜ਼ਾਂ ਵੱਲ ਨੂੰ ਤੁਰਦੇ ਵੀ ਆ ਜਿਹੜੇ ਕਾਰਨ ਦੂਰੀ ਦੇ ਬਣਦੇ ਆ। ਫਿਰ ਮਾਂ ਕਿਵੇਂ ਸਮਝਾਉਂਦੀ ਆ ਬੱਚੇ ਨੂੰ, ਉਹ ਤੁਹਾਨੂੰ ਮੈਂ ਇਸ ਕਵਿਤਾ ਦੇ ਰਾਹੀਂ ਦੱਸਦੀ। ਮਾਂ ਬਾਪ ਕਵਿਤਾ ਦਾ ਨਾਂ ਹੈ। ਫੜ ਫੜ ਸ਼ੀਸ਼ੀਆਂ ਮਾਂ ਦੁੱਧ ਪਿਲਾਉਂਦੀ ਏ, ਵਿੱਚ ਤਰ੍ਹਾਂ ਤਰ੍ਹਾਂ ਦੀਆਂ ਤਾਕਤਾਂ ਰਲਾਉਂਦੀ ਏ। ਤੂੰ ਸ਼ੀਸ਼ੀਆਂ ਸ਼ਰਾਬ ਦੀਆਂ ਬੱਚੇ ਨੂੰ ਦਿਖਾਉਣਾ ਏ, ਪੀ ਤੇ ਦਲੇਰ ਬਣ ਉਸਨੂੰ ਸਿਖਾਉਣਾ। ਮਾਂ ਉਂਗਲੀ ਫੜ ਫੜ ਉੱਠਣਾ ਸਿਖਾਉਂਦੀ ਏ, ਸਤਨਾਮ ਵਾਹਿਗੁਰੂ ਬੋਲਣਾ ਸਿਖਾਉਂਦੀ ਏ। ਤੂੰ ਰੱਬ ਤੋਂ ਤੋੜਨਾ ਕਿਉਂ ਚਾਹੁੰਦਾ ਏ, ਸ਼ਰਾਬ ਜਾਂ ਨਸ਼ੇ ਨਾਲ ਜੋੜਨਾ ਕਿਉਂ ਚਾਹੁੰਦਾ ਏ। ਸੌਂ ਜਾਵੇ ਬੱਚਾ, ਮਾਂ ਹੱਥ ਲਾ ਉਠਾਉਂਦੀ ਏ, ਹੋਸ਼ ਕਰ ਹੋਸ਼ ਕਰ ਹੋਸ਼ ਲਿਆਉਂਦੀ ਏ। ਤੂੰ ਹੋਸ਼ ਕਿਉਂ ਉਸਦੀ ਭੁਲਾਉਣੀ ਚਾਹੁੰਦਾ ਏ, ਹਰ ਵੇਲੇ ਨੀਂਦ ਕਿਉਂ ਲਿਆਉਣੀ ਚਾਹੁੰਦਾ ਏ। ਸ਼ਰਾਬ ਪੀਂਦਾ ਬੱਚਾ ਵੇਖ ਮਾਂ ਪਈ ਰੋਂਦੀ ਏ, ਬੜੇ ਹੀ ਖਿਆਲ ਉਹ ਮਨ ਚ ਲਿਆਉਂਦੀ ਏ। ਬੰਦਿਆ ਤੂੰ ਕਿਉਂ ਸ਼ੈਤਾਨ ਬਣੀ ਜਾਂਦਾ ਏ, ਆਪਣੇ ਹੀ ਬੱਚੇ ਲਈ ਕਹਿਰਵਾਨ ਬਣੀ ਜਾਂਦਾ ਏ। ਬੱਚੇ ਨੂੰ ਪੜ੍ਹਾ ਕੇ ਮੀਤ ਡਾਕਟਰ ਬਣਾਵੇਂਗੀ, ਸਾਰਿਆਂ ਸ਼ਰਾਬੀਆਂ ਦੀ ਸ਼ਰਾਬ ਛਡਵਾਵੇਗੀ। ਸ਼ਰਾਬ ਪੀਣੀ ਬੁੱਝ ਦਿਲੀ ਬੱਚੇ ਨੂੰ ਸਿਖਾਵੇਗੀ, ਆਪ ਜਿਉ ਤੇ ਦੂਜਿਆਂ ਨੂੰ ਜਿਉਣ ਦਿਓ, ਇਹੋ ਨਾਰਾ ਲਾਏਗੀ, ਇਹੋ ਨਾਰਾ ਲਾਏਗੀ। ਬਹੁਤ ਸਹੀ, ਸਾਨੂੰ ਜੇ ਬੱਚਿਆਂ ਦੇ ਲਈ ਇੰਨੀ ਚਿੰਤਾ ਨਾ ਹੋਈ ਤੇ ਬੱਚੇ ਸਾਡੇ ਵਾਕਿਆ ਹੀ ਸਾਡੇ ਇੱਕ ਗੱਲ ਹੋਰ ਵੀ ਚਲੇ ਜਾਣਗੇ। ਇਹ ਨਾ ਕਈ ਵਾਰ ਘਰ ਦੇ ਵਿੱਚੋਂ ਨਹੀਂ ਹੁੰਦਾ ਹੈਗਾ ਬੱਚਾ, ਕਈ ਵਾਰ ਬਾਹਰ ਸੋਸਾਇਟੀ ਮੁੰਡਿਆਂ ਦੀ ਵੀ ਹੁੰਦੀ ਆ। ਉਹੀ ਗੱਲ ਆ ਨਾ ਵੀ ਹਾਂਜੀ, ਜਾਣਨਾ ਚਾਹੁੰਦਾ ਤਾਂ ਸੋਸਾਇਟੀ ਵਿੱਚੋਂ ਬਿਲਕੁਲ ਨਹੀਂ ਮਿਲਦੀ ਆ, ਫਿਰ ਉਹਨੂੰ ਇਹ ਹੁੰਦਾ ਵੀ ਜੇ ਇਹ ਕਰਦੇ ਆ ਤੇ ਮੈਂ ਵੀ ਕਰਾਂ। ਕਈ ਵਾਰ ਤਾਂ ਪਿਓ ਬਿਲਕੁਲ ਸੋਫੀ ਹੁੰਦਾ, ਕੁਝ ਵੀ ਨਹੀਂ ਖਾਂਦਾ ਪੀਂਦਾ, ਉਹਦਾ ਪੁੱਤ ਇੰਨਾ ਸ਼ਰਾਬੀ ਹੁੰਦਾ ਕੋਈ ਅੰਤ ਹੀ ਨਹੀਂ ਹੈਗਾ। ਹਾਂਜੀ ਹਾਂਜੀ ਹਾਂਜੀ, ਉਹ ਬਾਹਰੋਂ ਇਸ ਚੀਜ਼ ਨੂੰ ਵੀ ਜਾਣਨਾ ਚਾਹੁੰਦੇ। ਹਾਂਜੀ ਹਾਂਜੀ ਹਾਂਜੀ, ਜੇ ਅਸੀਂ ਨਹੀਂ ਵੀ ਪੀਂਦੇ ਤੇ ਉਹਦੇ ਬਾਰੇ ਸਾਨੂੰ ਜਾਣਕਾਰੀ ਘਰ 'ਚ ਬਹਿ ਕੇ ਬੱਚੇ ਨੂੰ ਸੁਣਾਓ। ਹਾਂਜੀ 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 ਹਾਂਜੀ, ਕਿ ਇਹ ਚੀਜ਼ ਮਾੜੀ ਆ ਬਈ। ਕਈ ਵਾਰੀ ਬੱਚਾ ਪਤਾ ਕੀ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਅੱਗੇ ਅੱਗ ਨੂੰ ਹੱਥ ਨਾ ਲਾ ਬਈ। ਹਾਂਜੀ 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 ਹਾਂਜੀ, ਪਰ ਬੱਚਾ ਜਦੋਂ ਤੁਸੀਂ ਨਹੀਂ ਨਾ ਵੇਖਦੇ ਉਦੋਂ ਫੇਰ ਅੱਗ ਵੱਲ ਜਾਂਦਾ। ਹਾਂਜੀ ਹਾਂਜੀ ਹਾਂਜੀ, ਉਹਦਾ ਕਾਰਨ ਹੁੰਦਾ ਵੀ ਮੈਂ ਅੱਗ ਨੂੰ ਹੱਥ ਲਾ ਕੇ ਵੇਖਾਂ। ਹਾਂਜੀ ਹਾਂਜੀ, ਵੀ ਕੀ ਗੱਲ ਆ, ਮੈਨੂੰ ਇਹ ਰੋਕਦੇ ਕਿਉਂ ਆ ਇਹਦੇ। ਜਿਹੜੀ ਆਪਣੀ ਨਾ ਉਮਰ ਹੁੰਦੀ ਹੈ 13 ਤੋਂ 18 ਸਾਲ ਤੱਕ, ਨੀ ਦੇਰ ਸੇਖ ਨਹੀਂ ਲੱਗਦਾ, ਨੀ ਦੇਰ ਉਹ ਹੱਥ ਨੂੰ ਪਛਾਣ ਨਹੀਂ ਕਰਦਾ। ਹਾਂਜੀ ਹਾਂਜੀ, ਬਸ ਇਹੋ ਕਾਰਨ ਹੈ ਕੋਈ ਜਾਣਨਾ ਚਾਹੁੰਦੇ। ਅਸੀਂ ਉਹਨਾਂ ਦੀ ਜਾਣਕਾਰੀ ਦੇ ਵਿੱਚ ਇਸ ਤਰੀਕੇ ਦੇ ਨਾਲ ਵਾਧਾ ਪਾਈਏ, ਉਹਨਾਂ ਨੂੰ ਇਸ ਤਰੀਕੇ ਨਾਲ ਜਾਣਕਾਰੀ ਦੇਈਏ ਕਿ ਉਹ ਵਾਕਿਆ ਹੀ ਬੱਚਾ ਆਪ ਸ਼ਰਾਬ ਨਾ ਪੀਣ ਵਾਲੇ ਪਾਸੇ ਨੂੰ ਜਾਂ ਆਪ ਮਾੜਾ ਕਰਮ ਕਰਨ ਵਾਲੇ ਪਾਸੇ ਨੂੰ ਨਾ ਜਾਂਦਾ ਹੋਇਆ ਦੂਜਿਆਂ ਨੂੰ ਉਪਦੇਸ਼ ਦੇਵੇ। ਹਾਂਜੀ ਹਾਂਜੀ, ਬਈ ਨਹੀਂ ਨਹੀਂ ਇਹ ਕੰਮ ਬਈ ਬਹੁਤ ਮਾੜਾ ਕੰਮ, ਆਪਾਂ ਨਹੀਂ ਕਰਨਾ। ਚਲੋ ਸੁਣਾਓ ਬੋਲੀ ਕੋਈ, ਆਪਾਂ ਆਪਣਾ ਮਨੋਰੰਜਨ ਸ਼ੁਰੂ ਕਰੋ। ਤੁਸੀਂ ਬੋਲੀ ਤੁਸੀਂ ਪਾਓ। ਹਾਂਜੀ ਮੈਂ ਸੁਣਾਵਾਂ। ਹਾਂਜੀ, ਦੰਦ ਕੌਡੀਆਂ ਬੁੱਲ ਕਲਾਬੀ, ਦੰਦ ਕੌਡੀਆਂ ਬੁੱਲ ਕਲਾਬੀ, ਟੇਢਾ ਚੀਰਸ ਜਾਵੇ ਨੀ, ਝੂਮ ਝੂਮ ਕੇ ਤੁਰੇ ਪਰੀਤੋ, ਝੂਮ ਝੂਮ ਕੇ ਤੁਰੇ ਪਰੀਤੋ, ਸਭ ਦੇ ਮਨ ਨੂੰ ਪਾਵੇ ਪਤਲੋ ਦੀ ਗਰਦਨ ਤੇ, ਪਾਨ ਪੱਤਾ ਵਲ ਖਾਵੇ ਪਤਲੋ ਦੀ ਗਰਦਨ ਤੇ, ਪਾਨ ਪੱਤਾ ਵਲ ਖਾਵੇ ਪਤਲੋ ਦੀ ਗਰਦਨ ਤੇ, ਪਾਨ ਪੱਤਾ ਖਾਵੇ ਪਤਲੋ ਦੀ ਗਰਦਨ ਤੇ। ਉਹਨਾਂ ਨੇ ਮਾਈਏ ਲੰਮ ਸਲੰਮੇ, ਉਹਨਾਂ ਨੇ ਮਾਈਏ ਲੰਮ ਸਲੰਮੇ, ਅਮਨ ਦਾ ਮਾਈਆ ਗਿੱਠ ਮੁੱਠੀਆ, ਜਿਵੇਂ ਛੜਕਤ ਚੱਲਦਾ ਪਿੱਟ ਪਿੱਟੀਆ, ਜਿਵੇਂ ਛੜਕਤ ਚੱਲ ਪਿੱਟ ਪਿੱਟੀਆ, ਜਿਵੇਂ ਛੜਕਤ ਚੱਲਦਾ ਪਿੱਟ ਪਿੱਟੀਆ, ਜਿਵੇਂ ਛੜਕਤ ਚੱਲਦਾ ਪਿੱਟ ਪਿੱਟੀਆ। ਹਾਂਜੀ, ਫਿਰ ਅਸੀਂ ਉਸੇ ਟੌਪਿਕ ਨੂੰ ਅੱਗੇ ਲੈ ਕੇ ਚੱਲਦੇ ਹਾਂ ਕਿ ਸਾਡੇ
ਬੱਚੇ ਜਿਹੜੇ ਸਾਡੇ ਨਾਲ ਕਿਵੇਂ ਜੁੜਨ, ਜਿਹਦੇ ਵਿੱਚ ਇੱਕ ਹੋਰ ਬੜੀ ਚਿੰਤਾਤਰ ਗੱਲ ਸਾਡੇ ਸਾਹਮਣੇ ਆ ਰਹੀ ਹੈ, ਉਹ ਹੈ ਕਿ ਲੜਕੀਆਂ ਵੀ ਜਿਹੜੀਆਂ ਨੇ ਉਹ ਕਾਫੀ ਹੱਦ ਤੱਕ ਗਲਤ ਪਾਸੇ ਨੂੰ ਜਾ ਰਹੀਆਂ ਨੇ। ਤੇ ਕਿੱਡੀ ਸੋਹਣੀ ਗੱਲ ਸਾਨੂੰ ਗੁਰਬਾਣੀ ਦੇ ਵਿੱਚੋਂ ਮਿਲੀ, ਸਾਡੇ ਗੁਰੂਆਂ ਨੇ ਸਾਡੀ ਝੋਲੀ ਦੇ ਵਿੱਚ ਕਿੱਡਾ ਮਾਣ ਪਾਇਆ, ਸੋ ਕਿਉਂ ਮੰਗਾ ਕੀ ਇਹ ਜਿੱਤ ਜੰਮੇ ਰਾਜਾਨ। ਹੈਲੋ ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਹੈ? ਹਾਂਜੀ, ਮੈਂ ਵੀ ਆਪ ਸੇ ਅੱਜ ਹਿੰਦੀ ਮੈਂ ਬਾਤ ਕਰੂੰ, ਆਪ ਕੀ ਬਾਤ ਕੁਛ ਹਲ ਨਹੀਂ ਹੋਈ ਜਾਨੇ ਤੋ। ਪੰਜਾਬੀ ਬੋਲਣੀ ਪੜੇਗੀ, ਆਪਕੋ ਕਿਸ ਨੇ ਫਰਮਾਇਸ਼ ਕੀ ਹਿੰਦੀ ਮੈਂ ਬੁਲਾ ਜਾਂ? ਯਾਰ ਹਮੇ ਫਰਮਾਇਸ਼ ਕਰਨੇ ਵਾਲੇ ਬਹੁਤ ਲੋਕ ਹੈ ਕਿ ਹਮੇ ਪੰਜਾਬੀ ਸਮਝ ਨਹੀਂ ਆਤੀ ਹੈ, ਕਿ ਹਮੇ ਆਂਟੀ ਥੋੜਾ ਹਿੰਦੀ ਮੈਂ ਬੋਲਾ ਕਰੋ, ਹਾਂ ਆ ਜਾ ਹਿੰਦੀ ਪੰਜਾਬੀ ਦੋਨੋਂ ਕਾ ਮਿਕਸ ਕਰਦੀ ਆ। ਪ੍ਰੋਗਰਾਮ ਚੱਲਦੇ ਵਿੱਚ ਹਿੰਦੀ ਵਾਲੀਆਂ ਆਉਂਦੀਆਂ ਮੈਡਮਾਂ, ਹਿੰਦੀ ਚ ਗਾਣੇ ਗਾਉਂਦੀਆਂ, ਹਿੰਦੀ ਚ ਸਭ ਕੁਛ ਕਰਦੀਆਂ, ਏਦਾਂ ਦੀ ਗੱਲ ਤਾਂ ਨੀ ਹੈਗੀ? ਹਾਂਜੀ ਹਾਂਜੀ ਸਭ ਕੁਛ। ਹਾਂਜੀ ਹਾਂਜੀ ਹਾਂਜੀ, ਤੇ ਨਹੀਂ ਉਹ ਬਸ ਮੈਨੂੰ ਰਿਕੁਐਸਟ ਕੀਤੀ ਸੀ ਉਹਨਾਂ ਨੇ ਬਾਰ ਬਾਰ, ਤੇ ਮੈਂ ਕਿਹਾ ਬੇਟਾ ਵੀ ਕੋਈ ਗੱਲ ਨਹੀਂ, ਮੈਂ ਅੱਜ ਹਿੰਦੀ ਮੈਂ ਥੋੜਾ ਬੋਲ ਦਿੱਤੀ ਹੂੰ, ਤੇ ਮੈਂ ਇੱਕ ਗਾਣਾ ਵੀ ਗਾ ਦਿਆ ਹਿੰਦੀ ਮੈਂ ਸ਼ਾਦੀ ਕਾ, ਮੈਂ ਸੁਣ ਲਿਆ ਤੁਹਾਡਾ। ਹਾਂਜੀ ਹਾਂਜੀ, ਮੈਂ ਕਿਹਾ ਵੀ ਪਰ ਹਿੰਦੀ ਸਮਝ ਜਾਂਦੇ ਆ ਕਿ ਸਮਝ ਜਾਂਦੇ ਸਾਰੇ ਹਿੰਦੀ, ਇਹੋ ਜੀ ਕੋਈ ਗੱਲ ਨਹੀਂ। ਹਾਂ ਹਾਂ ਸਾਰੇ ਸਮਝ ਆ ਲੈਟੀ। ਹਾਂਜੀ ਹਾਂਜੀ, ਆਪ ਸੁਣਾਈਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਵਿਚਾਰ। ਹਾਂਜੀ ਮੈਂ ਨੀ ਹਿੰਦੀ ਬੋਲੂਗੀ, ਮੈਂ ਤਾਂ ਪੰਜਾਬੀ ਬੋਲੂ, ਹਿੰਦੀ ਪੜੀ ਦਾ ਹੈ ਪਰ ਮੈਂ ਪੰਜਾਬੀ ਬੋਲੂ। ਜਿਹੜੀ ਆਪਣੇ ਭੈਣ ਜੀ ਗੱਲ ਕਰਦੇ ਆ ਨਾ ਬੱਚਿਆਂ ਵਾਲੀ, ਬੱਚਿਆਂ ਦਾ ਵੈਸੇ ਆਪਾਂ ਬਹੁਤ ਆ, ਬੱਚੇ ਨੂੰ ਜਿੱਦਾਂ ਤੱਕ ਮਾਂ ਪੇ ਦੇ ਜਿੱਦਾਂ ਜਿੱਦਾਂ ਤੱਕ ਆਪਣੇ ਘਰ ਦੇ ਵਿੱਚ ਬੱਚਾ ਬੱਚਾ ਹੁੰਦੇ ਤੱਕ ਆਪਾਂ ਸਾਡਾ ਬਹੁਤ ਧਿਆਨ ਰੱਖਦੇ ਹਾਂ, ਜਦੋਂ ਬੱਚਾ ਸਕੂਲੇ ਜਾਂਦਾ ਉਦੋਂ ਖਾਸ ਧਿਆਨ ਦੇਣਾ ਪੈਂਦਾ ਆ। ਹਾਂਜੀ ਹਾਂਜੀ, ਤੇ ਜਿੱਦਾਂ ਬੱਚੇ ਦੀ ਉਮਰ ਜਿਹੜੀ 20 ਸਾਲ ਦੀ ਉਮਰ ਤੱਕ ਬੱਚੇ ਦਾ ਜ਼ਿਆਦਾ ਧਿਆਨ ਦੇਣਾ ਪੈਂਦਾ। ਹਾਂਜੀ ਹਾਂਜੀ ਹਾਂਜੀ, 18 ਸਾਲ ਤੱਕ ਆਪਾਂ ਨੂੰ ਬੱਚੇ ਦਾ ਬਹੁਤ ਧਿਆਨ ਦੇਣਾ ਪੈਂਦਾ, ਕਿਉਂਕਿ ਜੇ ਸਕੂਲ ਚ ਟੀਚਰ ਵੀ ਵਧੀਆ ਮਿਲ ਜਾਣ ਨਾ। ਹਾਂਜੀ ਇੱਕ ਜੀ ਗੱਲ ਹੀ, ਹੁਣ ਜਦੋਂ ਅਸੀਂ ਪੜ੍ਹਦੇ ਸੀ ਸਾਡੇ ਟੀਚਰ ਵੀ ਬੜੇ ਸਖਤ ਹੁੰਦੇ ਸੀ, ਟੀਚਰ ਵੀ ਬੜੀ ਚੰਗੀ ਮਾਤ ਦਿੰਦੇ ਸੀ। ਹਾਂਜੀ ਮੰਦੀ, ਮੈਂ ਤਾਂ ਦੱਸਦੀ ਸਾਨੂੰ ਮੈਨੂੰ ਯਾਦ ਆ, ਮੈਂ ਉਦੋਂ ਖਰੇ 5ਵੀਂ 6ਵੀਂ ਚ ਪੜ੍ਹਦੀ, ਸਾਡੇ ਇੱਕ ਕੁੜੀ ਨਾ ਰੰਗਲੀ ਦਾਤਨ ਕਰਕੇ ਆ ਗਈ, ਉਹਨੂੰ ਸਾਡੀ ਟੀਚਰ ਨੇ ਖੜਕਾਇਆ ਕੁੱਟਿਆ, ਕਹਿੰਦੀ ਮੁੜ ਕੇ ਰੰਗਲੀਆਂ ਦਾ ਪਲਾਨ ਹੀ ਕਰਕੇ ਆਉਣਾ ਸਕੂਲ ਦੇ ਵਿੱਚ, ਜਿੱਥੇ ਮੈਂ ਪੜ੍ਹਦੀ ਸੀ ਸਿਰ ਤੇ ਚੁੰਨੀਆਂ ਲੈਂਦੇ ਸੀ ਅਸੀਂ। ਹਾਂਜੀ ਚੁੰਨੀਆਂ ਲੈਣੀਆਂ, ਮੇਰੇ ਵੀ ਤਾਂ ਘਰ ਤਾਂ ਕੀ ਕਰ, ਮੈਂ ਤਾਂ ਦੱਸਦੀ ਹਾਂ ਨਾ। ਹਾਂਜੀ ਮੇਰੇ ਬਾਲ ਬਹੁਤ ਭਾਰੇ ਸੀ, ਮੇਰੇ ਹਮੇਸ਼ਾ ਦੋ ਗੁੱਤਾਂ ਹੁੰਦੀ ਸੀ, ਮੈਨੂੰ ਬੜੀ ਕੁੱਟ ਪਈ ਦੋ ਤਿੰਨ ਵਾਰੀ, ਵੀ ਤੂੰ ਇੱਕੋ ਗੁੱਤ ਕਰਕੇ ਆ, ਦੋ ਨੀ ਕਰਕੇ ਆਉਣੀ ਆ। ਕਹਿੰਦਾ ਮੇਰੀ ਫਿਰ ਮੰਮਾ ਗਈ ਤੇ ਉਹਨੇ ਕਿਹਾ, ਕਹਿੰਦੀ ਭੈਣ ਜੀ ਇਹਦੇ ਬਾਲ ਬਹੁਤ ਭਾਰੇ ਆ, ਵੀ ਇਹਦੀ ਇੱਕੋ ਝੂਤ ਨੀ ਉਹਦੀ, ਤਾਂ ਉਹਨੇ ਕਰਨ ਦੀ ਇਜਾਜ਼ਤ ਦਿੱਤੀ ਸੀ, ਉੱਦਾਂ ਦੀ ਹੁੰਦੀਆਂ ਹੁੰਦੀਆਂ ਬਹੁਤ ਸੀ। ਹਾਂਜੀ ਹਾਂਜੀ, ਜਿੱਦਾਂ ਹੁਣ ਇਹ ਭੈਣ ਜੀ ਮੈਡਮ ਕਹਿ ਰਹੇ ਆ ਵੀ ਆਪਣੇ ਟੀਚਰ ਵਧੀਆ ਮਿਲਦਾ ਤਾਂ ਆਪਣਾ ਸਭ ਕੁਛ ਹੁੰਦਾ, ਬਾਕੀ ਜਿੱਦਾਂ ਜਦੋਂ ਬੱਚਾ ਘਰੋਂ ਬਾਹਰ ਨਿਕਲਦਾ ਸੱਕ ਉਦੋਂ ਪੈਂਦਾ ਆ ਆਪਾਂ ਨੂੰ, ਉਦੋਂ ਬੱਚੇ ਵੱਲ ਧਿਆਨ ਬਹੁਤ ਦੇਣਾ ਪੈਂਦਾ ਵੀ ਇਹ ਕਿੱਦਾਂ ਦੀ ਸੋਸਾਇਟੀ ਵਿੱਚ ਆ, ਕਿੱਧਰ ਜਾ ਰਿਹਾ ਹੈਗਾ, ਕੀ ਕਰਦਾ ਹੈਗਾ ਆ, ਆਪਾਂ ਨੂੰ ਇਹ ਚੀਜ਼ ਸੋਚਣੀ ਪੈਂਦੀ ਹੈ। ਚੰਗਾ ਮਿਲ ਜਿਵੇਂ ਤਾਂ ਚੰਗੇ ਪੈ ਚੱਲ ਪਏ, ਦੋਸਤ ਮਾੜਾ ਮਿਲੇ ਤਾਂ ਮਾੜੇ। ਹਾਂਜੀ ਸਾਰੇ ਹਾਂਜੀ ਹਾਂਜੀ, ਟੀਚਰ ਦਾ ਇਹ ਰੱਬ ਵਰਗਾ ਰੋਲ ਆ ਜੀ, ਬਿਲਕੁਲ ਹਾਂਜੀ ਹਾਂਜੀ ਹਾਂਜੀ, ਕਿਉਂਕਿ ਪਹਿਲਾਂ ਮਾਂ ਬਾਪ ਦਾ ਮੁੜ ਕੇ ਟੀਚਰ ਦਾ ਹੁੰਦਾ, ਪਹਿਲਾਂ ਸਿੱਧਾ ਮਾਂ ਦਾ, ਦੂਜਾ ਟੀਚਰ ਦਾ, ਤੀਜਾ ਆਪਣਾ ਜਿਹੜਾ ਕੋਈ ਸਾਥੀ ਮਿਲ ਜਾਵੇ, ਉਹਦਾ ਰੋਲ ਵਧੀਆ ਹੁੰਦਾ ਹੈ ਨਾ। ਜੇ ਤਾਂ ਆਪਾਂ ਚੰਗੀ ਸੋਸਾਇਟੀ ਮਿਲ ਜਾਵੇ ਚੰਗੀ, ਬਾਕੀ ਜੇ ਭੈਣ ਜੀ ਮੈਂ ਤੁਹਾਨੂੰ ਸੱਚ, ਬੱਚੇ ਨੇ ਵਿਗੜਨਾ ਤਾਂ ਉਹਨੇ ਵਿਗੜ ਹੀ ਜਾਣਾ, ਆਪਾਂ ਕੁਛ ਨੀ ਕਰ ਸਕਦੇ। ਹੁਣ ਕਈ ਵਾਰ ਪੇ ਰਿਹਾ ਮੈਂ ਬਾਪ ਬਿਲਕੁਲ ਬੈਸ਼ ਨੂੰ ਹੁੰਦਾ। ਹਾਂਜੀ ਹਾਂਜੀ, ਹੁਣ ਮੈਂ ਦੇਖਿਆ ਸਾਡੇ ਇੱਥੇ ਲਾਗੇ ਕਈ ਉਹ ਜਿਹੜੇ ਮਾਂ ਬਾਪ ਅੰਮ੍ਰਿਤ ਛੱਕ ਕੇ ਤੇ ਗਾਂਹ ਜਾਣੇ ਸ਼ਰਾਬਾਂ ਪੀ ਜਾਂਦੇ, ਉਹ ਵਿਚਾਰੇ ਇੰਨੇ ਕਲਪਦੇ ਕੀ ਕਰੂਗਾ ਬੰਦਾ। ਹਾਂਜੀ ਹਾਂਜੀ, ਉਹੀ ਤਾਂ ਹੈਗਾ, ਕੁਛ ਨੀ ਕਰ ਸਕਦੇ। ਰੋਟੀ ਖਾ ਕੇ ਜਿਹੜਾ ਦੂਜੇ ਨਸ਼ੇ ਉਹ ਮਾੜੇ ਆ। ਹਾਂਜੀ ਹਾਂ, ਜਿਹੜਾ ਦੂਜੇ ਚੱਲ ਪਏ ਨਸ਼ੇ, ਇਹਨਾਂ ਨੇ ਸਾਰਾ ਬਰਬਾਦੀ ਕੀਤੀ ਤੇ ਪੰਜਾਬ ਦੀ ਬਹੁਤ ਮਾੜੇ ਆ। ਹਾਂਜੀ ਸ਼ਰਾਬ ਮਾੜੀ ਆ, ਸ਼ਰਾਬ ਦੇ ਜਿਹੜੇ ਅੱਗੇ ਲੋਕੀ ਡੋਡੇ ਡੋਡੇ ਪੀਂਦੇ ਸੀ।
ਹਾਂਜੀ ਉਹਦੇ ਵਿੱਚ ਕੋਈ ਏਡਾ ਨੁਕਸਾਨ ਨਹੀਂ ਸੀਗਾ, ਆਹ ਤਾਂ ਹੁਣ ਮੁਲਤਾਂ ਸਿੱਧੀਆਂ ਹੋਣ ਲੱਗ ਪਈਆਂ, ਸਾਡੇ ਤਾਂ ਪੰਜਾਬ ਦਾ ਪੜ ਕੇ ਬੇੜਾ ਹੀ ਗਰਕ ਹੋ ਗਿਆ ਆ। ਬਾਕੀ ਆਪਾਂ ਜੋ ਮਰਜ਼ੀ ਕਰ ਲਈਏ, ਜਿਹਨੇ ਬੱਚੇ ਨੇ ਵਿਗੜਨਾ ਵਿਗੜ ਜਾਣਾ, ਜੋ ਮਰਜ਼ੀ ਆਪਾਂ ਕਰ ਲਈਏ, ਭਾਵੇਂ ਤੁਸੀਂ ਕਿੱਦਾਂ ਕਰ ਲਓ, ਇਹ ਤਾਂ ਪਰਮਾਤਮਾ ਇਹਨਾਂ ਬੱਚਿਆਂ ਨੂੰ ਬੁੱਧੀ ਸਮਤ ਦੇ ਰਹੀ, ਅਸੀਂ ਗਲਤ ਪਾਸੇ ਨਹੀਂ ਜਾਣਾ ਤਾਂ ਆਪਣੇ ਆਪ ਸਾਰਾ ਕੁਛ ਲਿਆ ਜਾਂਦਾ। ਹਾਂਜੀ 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 ਇਹ ਗੱਲ ਹੈਗੀ ਹੈ, ਬਿਲਕੁਲ ਠੀਕ ਹੈ ਤੁਹਾਡੀ ਗੱਲ, ਪਰ ਇਹ ਗੱਲ ਆ ਵੀ ਇੱਕ ਬੱਚੇ ਜਿਹੜੇ ਆ ਨਾ ਮਾਂ ਬਾਪ ਨਾਲੋਂ ਟੁੱਟਦੇ, ਗੁਰੂ ਨਾਲੋਂ ਸਭ ਤੋਂ ਵੱਡੀ ਗੱਲ ਤੇ ਆ ਵੀ ਆਪਣੀ ਗੁਰਬਾਣੀ ਨਾਲੋਂ ਬੜਾ ਟੁੱਟੇ ਨੇ, ਤੇ ਗੁਰਬਾਣੀ ਨਾਲ ਇਹਨਾਂ ਨੂੰ ਪਤਾ ਲੱਗੇ ਵੀ ਮਾਂ ਬਾਪ ਨਾਲ ਵੀ ਜੁੜ ਕੇ ਰਹਿਣਾ, ਮਾਂ ਦਾ ਕੀ ਗੁਰਬਾਣੀ ਦੇ ਵਿੱਚ ਮਹੱਤਤਾ ਦੱਸੀ ਆ, ਤੇ ਅਸੀਂ ਮਾਂ ਦੇ ਨਾਲ ਕਿਤਨਾ ਜੁੜ ਕੇ ਰਹਿਣਾ ਹੈ, ਅਸੀਂ ਗੁਰਬਾਣੀ ਨਾਲ ਕਿੱਦਾਂ ਜੁੜ ਕੇ ਰਹਿਣਾ, ਜੁੜ ਕੇ ਕਿਤਨਾ ਹੀ ਆਪਣੇ ਟੀਚਰਾਂ ਨਾਲ ਜੁੜ ਕੇ ਰਹਿਣਾ। ਹੁਣ ਵੇਖੋ ਕੋਈ ਵੀ ਇੱਜ਼ਤਮਾਨ ਉਹੋ ਜਿਹਾ ਨਹੀਂ ਰਹਿ ਗਿਆ ਜਿਹੜਾ ਪੁਰਾਣੇ ਸਮੇਂ ਵਿੱਚ ਸਿੱਖਿਆ ਮਿਲਦੀ ਹੈਗੀ ਨਾ। ਹੁਣ ਨਿਆਣੇ ਨੂੰ ਮਾੜਾ ਜਿਹਾ ਕਹਿੰਦਾ ਤੇ ਮਾਂ ਪਹਿਲਾਂ ਸਕੂਲੇ ਪੇ ਪਹੁੰਚਿਆ ਹੁੰਦਾ ਵੀ ਤੂੰ ਮੇਰੇ ਨਿਆਣੇ ਨੂੰ ਮਾਰਿਆ ਕਰਦੇ ਆ, ਅਗਲਾ ਵੀ ਕੀ ਕਰੂ, ਉਹ ਫਿਰ ਬੱਚੇ ਸਾਨੂੰ ਜਿਆਦਾ ਮਾਂ ਬਾਪ ਨੂੰ ਪੜਾਉਣਾ ਪੈਂਦਾ ਜੀ, ਸਾਨੂੰ ਨੇੜੇ ਫਿਰ ਮਾਂ ਬਾਪ ਦੇ ਜਿਆਦਾ ਹੋਣਾ ਪੈਂਦਾ, ਉਹੋ ਹੀ ਮਾਂ ਬਾਪ ਅਸੀਂ ਉਹਨਾਂ ਨਾਲ ਜੁੜ ਜਾਂਦੇ ਹਾਂ ਨਾ, ਤੇ ਕਾਫੀ ਸਮਾਂ ਬੱਚਾ ਸਾਡੇ ਕੋਲ ਰਹਿੰਦਾ, ਫਿਰ ਮਾਂ ਬਾਪ ਨਾਲ ਜੁੜੇ ਰਹੀਦਾ ਨਾ, ਉਹੋ ਹੀ ਮਾਂ ਬਾਪ ਸਾਡੀ ਇੱਜ਼ਤ ਕਰਦਾ ਕਿ ਤੁਸੀਂ ਤੇ ਸਾਨੂੰ ਵੀ ਨਾਲ ਪੜ੍ਹਾ ਦਿੱਤਾ, ਅਸੀਂ ਤੇ ਬੱਚਾ ਪੜ੍ਹਨ ਭੇਜਿਆ ਸੀ ਤੇ ਤੁਸੀਂ ਸਾਨੂੰ ਇੰਨਾ ਕੁਛ ਦੱਸਿਆ ਕਿ ਅਸੀਂ ਹੁਣ ਬੱਚੇ ਨੂੰ ਸਮਝਾਉਣ ਯੋਗ ਬਣ ਗਏ, ਉਹ ਬੱਚਾ ਵੀ ਸੁਧਰ ਜਾਂਦਾ ਹੈ ਤੇ ਫਿਰ ਉਹਨਾਂ ਦੇ ਮਾਂ ਬਾਪ ਚ ਵੀ ਫਰਕ ਪੈ ਜਾਂਦਾ, ਤੇ ਤੁਹਾਡੇ ਪਿੱਛੇ ਪਿੱਛੇ ਫਿਰਦੇ ਆ, ਉਹ ਆਣ ਕੇ ਸਕੂਲ ਦੇ ਵਿੱਚ ਪੁੱਛਦੇ ਫਿਰਦੇ ਕਿ ਫਲਾਣਾ ਟੀਚਰ ਕਿੱਥੇ ਹੈ ਵੀ, ਉਹਨੇ ਸਾਡੇ ਬੱਚੇ ਨਾਲ ਬੜਾ ਪਿਆਰ ਪਾਇਆ, ਅਸਲ ਮਾਂ ਉਹ ਹੀ ਹੈ ਸਾਡੇ ਬੱਚੇ ਦੀ। ਇਸ ਕਰਕੇ ਨਾ ਸਾਨੂੰ ਬੱਚਿਆਂ ਤੇ ਬਹੁਤ ਸਕੂਲ ਦੇ ਵਿੱਚ ਵੀ ਜਿਹੜਾ ਬੜਾ ਤਕੜਾ ਰੋਲ ਅਦਾ ਕਰਨਾ ਪੈਂਦਾ, ਮਾਂ ਵਾਲਾ ਵੀ ਟੀਚਰ ਵਾਲਾ ਵੀ। ਹਾਂਜੀ ਉਹ ਤੁਸੀਂ ਬੋਲੀ ਸੁਣਾਉਣੀ, ਪਿੱਛੇ ਕਾਲਾਂ ਹੋਲਡ ਤੇ ਪਈਆਂ ਨੇ। ਹਾਂਜੀ ਹਾਂਜੀ ਤੁਹਾਨੂੰ ਸੁਣਾ ਦਿੰਦੀ ਆ, ਸੁਣਾ ਦੋ ਬੋਲੀ ਇੱਕ ਸੁਣਾ ਦੋ ਫਿਰ। ਹਾਂਜੀ ਹਾਂਜੀ ਪਾਵੇ 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 ਸੌਰਾਨੀ ਬਿਮਾਰ ਹੋ ਗਿਆ, ਸੱਸ ਕੁੰਜ ਵਾਂਗੂ ਕਰ ਲਾਵੇ, ਸੌਰਾਨੀ ਬਿਮਾਰ ਹੋ ਗਿਆ ਸੱਸ ਕੁੰਜ ਵਾਂਗੂ ਕਰ ਲਾਵੇ, ਦੁੱਧ ਚ ਸਿਵਾਰੇ ਰਿੰਨ ਕੇ ਕੁੜੀ ਰੋੜੀਏ ਲੋਰੀਏ ਨਾਲ ਪਲਾ ਪਲਾਵੇ, ਸੱਸ ਦੀ ਦੁਖੱਲੀ ਜੁੱਤੀ ਨੂੰ ਸੌਰਾਨੀ ਪਟਿਆਲੇ ਜਾ, ਸੱਸ ਦੀ ਦੁਖੱਲੀ ਜੁੱਤੀ ਨੂੰ ਸੌਰਾਨੀ ਪਟਿਆਲੇ ਜਾਵੇ, ਸੱਸ ਦੀ ਦੁਖੱਲੀ ਜੁੱਤੀ ਨੂੰ। ਬਹੁਤ ਸੋਹਣੀ ਬੋਲੀ ਆ। ਹਾਂਜੀ ਉਹ ਆਪਣੇ ਟੌਪਿਕ ਲੰਬਾ ਚੱਲ ਗਿਆ ਨਾ, ਪਿੱਛੇ ਕਾਲਾਂ ਹੋਲਡ ਤੇ ਪਈਆਂ ਨੇ। ਹਾਂਜੀ ਹਾਂਜੀ ਫਿਰ ਪ੍ਰੋਗਰਾਮ ਹੀ ਤੁਹਾਡਾ ਵਧੀਆ ਆ ਨਾ। ਹਾਂਜੀ ਓਕੇ ਥੈਂਕ ਯੂ ਥੈਂਕ ਯੂ। ਹਾਂਜੀ ਕਾਲਾਂ ਹੋਲਡ ਤੇ ਬਹੁਤ ਪਈਆਂ ਨੇ ਫਿਰ ਕਰੋ। ਹਾਂਜੀ ਹਾਂਜੀ ਤੇ ਬੰਤੋ ਕੁੜੀ ਨੇ ਕਾਂਟੇ ਕਰਾਏ, ਬੰਤੋ ਕੁੜੀ ਨੇ ਕਾਂਟੇ ਕਰਾਏ, ਗੋਤੀ ਮੋਤੀ ਲਵਾ ਲੇ ਲਮਕਣ ਨੂੰ, ਛੜਾ ਵੀ ਪਾਣੀ ਪਾਰਦਾ ਨੀ ਆਪਣੇ ਮਤਬਲ ਨੂੰ, ਛੜਾ ਵੀ ਪਾਣੀ ਪਾਰਦਾ ਨੀ ਆਪਣੇ ਮਤਬਲ ਨੂੰ, ਛੜਾ ਵੀ ਪਾਣੀ ਪਾਰਦਾ ਮਤਬਲ ਨੂੰ, ਆਉਣ ਜਾਣ ਨੂੰ ਨੌ ਦਰਵਾਜ਼ੇ, ਖਿਸਕ ਜਾਣ ਨੂੰ ਮੋਰੀ ਦਰਸ਼ਨ ਦੇ ਕੁੜੀਏ, ਦੇ ਮਾਪਿਆਂ ਤੋਂ ਚੋਰੀ ਦਰਸ਼ ਦੇ ਕੁੜੀਏ, ਦੇ ਮਾਪਿਆਂ ਤੋਂ ਚੋਰੀ ਦਰਸ਼ ਕੁੜੀਏ, ਦੇ ਮਾਪਿਆਂ ਤੋਂ ਚੋਰੀ ਦਰਸ਼ਨ ਦੇ ਕੁੜੀਏ, ਸੁਣ ਬੇ ਮੁੰਡਿਆ ਕੰਠੇ ਵਾਲਿਆ, ਕੰਠਾ ਰੋਗਨ ਕੀਤਾ ਵੇ, ਮੈਂ ਤਾਂ ਤੈਨੂੰ ਖੜੀ ਉਡੀਕਾਂ, ਮੈਂ ਤਾਂ ਤੈਨੂੰ ਖੜੀ ਉਡੀਕਾਂ, ਤੂੰ ਨੰਗਾ ਚੁੱਪ ਕੀਤਾ ਤੇਰੇ ਬੋਲਾਂ ਨੇ, ਧੋ ਕੇ ਕਾਲ ਜਾ ਪੀਤਾ ਤੇਰੇ ਬੋਲਾਂ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਹਾਲ ਚਾਲ? ਹਾਲ ਚਾਲ ਵਧੀਆ, ਹਾਲ ਵੀ ਵਧੀਆ, ਚਾਲ ਵੀ ਵਧੀਆ, ਵਧੀਆ ਹੀ ਚਾਹੀਦੀ ਆ। ਹਾਂਜੀ ਅੱਜ ਕੀ ਸੁਣਾਓਗੇ? ਹਿੰਦੀ ਬੋਲ ਹਿੰਦੀ ਕਾ ਟਾਈਮ ਹੈ ਅੱਜ, ਗਾਣੇ ਵੀ ਕਿਆ ਹਿੰਦੀ ਮੇ ਸੁਣਾਨੇ ਪੜੇਂਗੇ? ਗਾਣਾ ਹਿੰਦੀ ਮੇ ਸੁਣਾ ਦੋ ਜਾਂ ਪੰਜਾਬੀ ਮੇ ਸੁਣਾ, ਜਾਂ ਮਿਕਸ ਸੁਣਾ ਦੋ, ਦੋਨੋਂ ਕਾ ਮਿਸ਼ਰਨ ਕਰ ਦੋ, ਕੋਈ ਵੀ ਸੁਣਾ ਸਕਦੇ ਆ। ਨਹੀਂ ਹਮੇ ਰਿਕਵੈਸਟ ਕੀਤੀ ਉਹਨੇ ਲੜਕੀਓ ਨੇ, ਆਂਟੀ ਵੀ ਹਮੇ ਹਿੰਦੀ ਮੇ ਪ੍ਰੋਗਰਾਮ ਥੋੜਾ ਕਰਨਾ, ਆਪਕਾ ਪ੍ਰੋਗਰਾਮ ਅੱਛਾ ਬਹੁਤ ਲੱਗਤਾ ਹੈ ਪਰ ਹਮੇ ਪੂਰੀ ਸਮਝ ਨਹੀਂ ਆਤੀ। ਹਾਂ ਇਹ ਤਾਂ ਹੈ ਕਿ ਜੋ ਹਿੰਦੀ ਬੋਲਤੇ ਹਨ। ਬੜਾ ਔਖਾ ਗਾਣਾ ਲੱਭਿਆ ਵਿਆਹ ਦਾ ਤੇ ਮੈਂ ਉਹ ਫਿਰ ਲਿਖਿਆ ਤੇ ਮੈਂ ਲਿਖ ਕੇ ਫਿਰ ਉਹ ਸੁਣਾਇਆ ਗਾਣਾ, ਮੈਂ ਕਿਹਾ ਚਲੋ ਵੀ ਸੁਣਾ ਦਿੱਤੇ ਹੈ, ਉਨਕੀ ਖਾਹਿਸ਼ ਪੂਰੀ ਕਰਨੀ ਚਾਹੀਦੀ, ਬੱਚੋ ਵੀ ਖਾਹਿਸ਼ ਪੂਰੀ ਕਰਨੀ ਚਾਹੀਦੀ ਹੈ ਨਾ। ਹੋਰ ਕੀ, ਮੈਂ ਤਾਂ ਨਕ ਯੂਪੀ ਦਾ ਗਾਣਾ ਸੁਣਾਵਾਂ? ਸੁਣਾ ਦੋ ਸੁਣਾ ਦੋ। ਠੀਕ ਕੋਈ ਮੰਗੇ ਕੜਿਆ ਨਹੀਂ ਦੇ ਕੇ ਮੋਰਾ ਮਨ ਹਲਵੇ ਕੋ, ਕੋਈ ਮੰਗੇ ਕੜਿਆ ਨਹੀਂ ਦੇ
ए मोरा मन हलवे को पड़ोसिन से मांग मैं कड़ैया ले आई रे, पड़ोसिन से मांग मैं कड़ैया ले आई रे। सासु तो रवा नहीं दे के मोरा मन हलवे को, सासु से मांग मैं रवा ले आई रे। जितनी तो घी नहीं दे के मोरा मन हलवे को, कोई मांगे कड़ैया नहीं दे के मोरा मन हलवे को। जितनी से मांग मैं घी ले आई रे, ननंदी तो शक्कर नहीं दे के मोरा मन हलवे को, कोई मांगे कड़ैया नहीं दे के मोरा मन हलवे को। सब कुछ मांग मांग हलवा बनाए लिया, सब कुछ मांग मांग हलवा बनाए लिया। हाय हाय अब तो लल्ला खावा नहीं दे के मोरा मन हलवे को, कोई मांगे कड़ैया नहीं दे के मोरा मन हलवे को। ओके मेरी जी, बहुत बढ़िया, बहुत बढ़िया, मेरा साथ था, थैंक यू मेरा साथ दिया। पहला तो राधा राधा का ही गाना गाना सी, राधा के गोरी महंगे हो काला। पर शादी का गाना गा देते हैं, वधिया आपने भी गाना गा दिया, अच्छा लगा बहुत ज्यादा। चलो मैं तो हिंदी बोलने लग गई, खुश हो जाएगी। हिंदी बोलती सी, हिंदी मैं ओदा ही आदत पै गई बोलन की। मैं पिंड जाना लुधियाने, मैं ओकनी बोलना, न्याणे कहना मम्मी तू तो एक ने बोलन लग गई, बोली बोलन लग गई। मैं की करे को हर रहना, ओरी बोली बोलनी है, और मैं क्या करूं। हेलो हेलो, सत श्री अकाल जी, कैसे हो बहना? हम तो ठीक है, आप कैसे हो? हम भी ऐसे, तबीयत कैसे है? डॉक्टर क्या बोलता है? डॉक्टर ने अभी रिपोर्ट नहीं आई है, डॉक्टर ने रिपोर्ट नहीं दी है, रिपोर्ट देगा तो पता चलेगा। चलो जी, हम भी हिंदी में गाना सुनाते हैं। सुना दो सुना दो, बहुत खूब। तुसी देश चले पर देश चले, मुझे किसके हवाले छोट चले। तुसी देश चले पर देश चले, मुझे किसके हवाले छोट चले। असी देश चले पर देश चले, तुझे माता हवाले छोट चले। असी देश चले पर देश चले, तुझे माता हवाले छोट चले। माता ने बोली मार दिया, मेरा तन मन सीना फाड़ दिया। माता ने बोल मार दिया, मेरा तन मन सीना फाड़ दिया। नीना माई ससी दाने नी, तू भी आई देश विगाने नी। नीना मारी ससी दाने नी, तू भी आई देश विगाने नी। थैंक यू जी, थैंक यू वेरी मच, थैंक यू वेरी मच। सत श्री अकाल, सत श्री अकाल। आप सुना दो, हिंदी में सुनाओगे? सुनाओ, ढोलकी लग गई सुनाने हिंदी। ओके। मेरे सिर पर जाली कद पट्टा,
अनार दा फूल कीड़िया मेरे सिर पुर जाली का दुपट्टा अनार दा फूल कीड़िया सुबह सवेरे गई बाजार उतों लेंदे नार चार सुबह सवेरे गई बाजार उतों लेंदे नार चार एक चीरिया ते निकल आया खट्टा अनार दा फूल कीड़िया मेरे सिर पुर जाली का दुपट्टा अनार दा फूल कीड़िया किते नजर ना ला देवी जट्टा अनार दा फूल कीड़िया सुबह सवेरे गई बाजार बस गाने गा रहे हैं हिंदी में कुछ पंजाबी में अच्छा जी मैं बेनती करना चाहुंदा सी कि तुसी नशे बारे जिहड़ी गल कर रहे जे खास करके शराब बारे ये तुहानू दोनों मैडम नू पहला सलाह कर लेनी चाहीदी आ एक मैडम ते कहंदी आ कि बिलकुल नहीं पीनी चाहीदी एक कहंदी आ कि दो हो सुनाओ तुसी सुनाओ गाना अपना जदों चीरिया ते निकल आया खट्टा अनार दा फूल कीड़िया मेरे सिर पर जाली का दुपट्टा अनार दा फूल खिड़िया सुबह सवेरे गई बाजार उतों आंदे अंब चार सुबह सवेरे गई बाजार उतों आंदे अंब चार एक चीरिया ते निकल आया खट्टा अनार दा फूल खिड़िया मेरे सिर पर जाली का दुपट्टा अनार दा फूल खिड़िया किते नजर ना ला देवी जट्टा अनार दा फूल खिड़िया किते नजर ना ला देवी जट्टा अनार दा फूल खिड़िया नहीं मैं नहीं सी कहा भी शराब पीनी चंगी आ मैं उन्होंने रोंग क्वेश्चन किया मैं शराब पीनी चंगी नहीं गया तुसी कह रहे रोकना चाहिए मैं भी जेडे बच्चे आ जरूर नहीं भी घर खराब होंगे माँ प्यो पींदा दे के खराब होंगे भी वह बच्चे कई कई प्यो वैष्णो होंगे मतधारी होंगे उन्होंने बच्चे बिगड़ जाते नशे खाने लग जाते शराब पीने लग जाते वह बाहरों सोसायटी चो भी इदा होंगे आ मैं नहीं कही शराब भी पीनी चंगी आ हद तक पीनी चंगी आ दो तीन पैग ला के बंदा रोटी करके सौ जाता वह पीनी चंगी आ जिहड़ा पी के खौरू पाउंदे आ रौला पाउंदे आ घर का माहौल खराब करते वह तो वैसे भी शराब पीनी माड़ी आ मैं भैन जी के नाल ही तालमेल मेरा नाले भैन जी के नाल आ यह गल नहीं हैगी कोई साड़ी तो पर मेरा कहने का मतलब यही आ शराब जी पीनी आ दो तीन पैग ला के रोटी खा के सौ जाए बंदा आराम नाल वो माड़ी नहीं हैगी जी आप बद पीनी आ खौरू कप्पा करना कहीं ब्याह जाते डिगते फिरते ਉੱਤੇ ਬੁਰੇ ਹਾਲ ਹੁੰਦੇ ਆ ਕੱਪੜੇ ਲਿਬੜ ਜਾਂਦੇ ਆ ਉਹਨਾਂ ਦੇ ਉਹ ਪੀਣੀ ਮਾੜੀ ਆ ਨਾਲੇ ਆਪ ਹੋ ਗਏ ਬੱਚਿਆਂ ਨੂੰ ਨਹੀਂ ਮਤਲਬ ਇਸ ਪਾਸੇ ਲੱਗਣ ਦੇਣਾ ਚਾਹੀਦਾ ਬੱਚਿਆਂ ਨੂੰ ਨਹੀਂ ਕਹਿਣਾ ਚਾਹੀਦਾ ਹਰੇਕ ਮਾਪਾ ਕਹਿੰਦਾ ਸ਼ਰਾਬ ਜਿਹੜੀ ਆ ਉਹ ਬੱਚਾ ਜੇ ਉਹਦੇ ਨੇੜੇ ਨਾ ਜਾਵੇ ਇਹੋ ਜਿਹਾ ਮਤਲਬ ਇਨਵਾਇਰਮੈਂਟ ਉਹਨੂੰ ਦਿਖਾਉਣਾ ਚਾਹੀਦਾ ਜਾਂ ਉਹਨੂੰ ਸਮਝਾਉਣਾ ਚਾਹੀਦਾ ਕਿ ਤੂੰ ਇਹਦੇ ਨੇੜੇ ਨਾ ਵੀ ਇਹ ਚੀਜ਼ ਚੰਗੀ ਨਹੀਂ ਹੈਗੀ ਤੇ ਵੀ ਇਸ ਤਰ੍ਹਾਂ ਕਰਕੇ ਜੇ ਤੂੰ ਵੀ ਇਸ ਵਿੱਚ ਜਾਣਾ ਚਾਹੁੰਦਾ ਹੋਵੇ ਜਾਂ ਕਿਸ ਤਰ੍ਹਾਂ ਦਾ ਤੈਨੂੰ ਕੋਈ ਚੀਜ਼ ਚੰਗੀ ਸਮਝਦਾ ਹੋਵੇ ਤੇ ਚੀਜ਼ ਕੋਈ ਚੰਗੀ ਨਹੀਂ ਹੈ ਨਹੀਂ ਚੰਗੀ ਹੁਣ ਮੇਰੇ ਹਸਬੰਡ ਕਿ ਪੀਂਦੇ ਸੀ ਮੈਂ ਉਹਦੀ ਐਗਜ਼ਾਮਪਲ ਦਿੰਦੀ ਮੈਂ ਦੋਨੋਂ ਬੇਟੇ ਨਹੀਂ ਪੀਂਦੇ ਹੈਗੇ ਹਾਂਜੀ 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 ਤੇ ਮਾਂ ਤੇ ਜਿਹੜੀ ਮਾਂ ਨੇ ਤੇ ਜਿਹੜਾ ਆਪਣੇ ਪਤੀ ਨੂੰ ਵੀ ਉਸੇ ਤਰ੍ਹਾਂ ਹੀ ਸਮਝਾਉਣਾ ਕਹਿਣਾ ਵਾ ਵੀ ਸ਼ਰਾਬ ਮਾੜੀ ਹੈ ਹਾਂਜੀ ਹਾਂਜੀ ਉਹਨੇ ਬੱਚੇ ਨੂੰ ਵੀ ਇਹੀ ਕਹਿਣਾ ਵਾ ਵੀ ਸ਼ਰਾਬ ਜਿਹੜੀ ਮਾੜੀ ਹੈ ਕਿਉਂਕਿ ਜਿਹੜੀ ਦੋਹਾਂ ਦੀ ਪ੍ਰੋਬਲਮ ਆਉਂਦੀ ਹੈ ਪਹਿਲਾਂ ਤੇ ਪਤੀ ਦੀ ਆਈ ਹੁੰਦੀ ਹੈ ਹਾਂਜੀ 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 ਸ਼ਰਾਬਕਾਰ ਨਹੀਂ ਜਿਹੜੀ ਔਰਤ ਨੇ ਸਹੀ ਹੁੰਦੀ ਹੈ ਸਹਿਣੀ ਹੁੰਦੀ ਹੈ ਹਾਂਜੀ ਉਹ ਬੜੀ ਮੁਸ਼ਕਲ ਆਪਣੇ ਉਸ ਇਨਵਾਇਰਮੈਂਟ ਦੇ ਵਿੱਚ ਵਾਤਾਵਰਣ ਦੇ ਵਿੱਚ ਬੱਚਿਆਂ ਨੂੰ ਪਾਲਦੀ ਹੈ ਹਾਂਜੀ ਹਾਂਜੀ ਫਿਰ ਉਹ ਜੇ ਬੱਚਾ ਵੀ ਉਹੋ ਜਿਹਾ ਨਿਕਲ ਆਵੇ ਤੇ ਉਹਦੇ ਵਾਸਤੇ ਕਿੱਡੀ ਵੱਡੀ ਇਹ ਵੱਡੀ ਪ੍ਰੋਬਲਮ ਹੋ ਜਾਂਦੀ ਮੈਂ ਹੁਣ ਵੀ ਰਿਕੁਐਸਟ ਕਰਾਂਗੀ ਉਹ ਸ਼ਰਾਬ ਵੀ ਸ਼ਰਾਬ ਮਾੜੀ ਨਹੀਂ ਹੈਗੀ ਇਸ ਮਾੜੀ ਆਪਣੇ ਲੋਕਾਂ ਨੇ ਇਹਨੂੰ ਬਣਾਇਆ ਹੈ ਪੀ ਕੇ ਜਿਹੜਾ ਖੌਰੂ ਪਾਉਣਾ ਉਹ ਮਾੜੀ ਉਹਦੇ ਲਈ ਜੇ ਪੀ ਕੇ ਰੋਟੀ ਖਾ ਕੇ ਬੰਦਾ ਆਰਾਮ ਨਾਲ ਸੌਂ ਜਾਵੇ ਕਿ ਥੱਕਿਆ ਰਿਹਾ ਬੰਦਾ ਕੰਮ ਤੋਂ ਉਹਦਾ ਦੋ ਪੈਗ ਲਾ ਕੇ ਰੋਟੀ ਖਾ ਕੇ ਸੌਂ ਜਾਵੇ ਉਹ ਉਹਦੇ ਵਰਗੀ ਚੀਜ਼ ਨਹੀਂ ਕੋਈ ਆਪਾਂ ਨੂੰ ਕੋਈ ਦਵਾਈ ਲੈਣ ਦੀ ਲੋੜ ਨਹੀਂ ਪੈਂਦੀ ਹੈਗੀ
ਵੇਖੋ ਜੀ ਜਦੋਂ ਆਰੀਆ ਲੋਕਾਂ ਤੋਂ ਇਹ ਸ਼ੁਰੂ ਹੋਈ ਸੀ ਨਾ, ਹਾਂਜੀ ਹਾਂਜੀ, ਉਹਨਾਂ ਸੋਮਰਸ ਕਹਿ ਕੇ ਇਹਨੂੰ ਸ਼ੁਰੂ ਕੀਤਾ, ਹਾਂਜੀ ਹਾਂਜੀ ਹਾਂਜੀ, ਇੱਕ ਸੋਮਰਸ ਦਵਾਈ ਦੀ ਤਰ੍ਹਾਂ ਜਿਹੜਾ ਸੀ ਉਹਨਾਂ ਨੇ ਇਹਨੂੰ ਸ਼ੁਰੂ ਕੀਤਾ ਸੀ ਤੇ ਉਹਨੂੰ ਦਵਾਈ ਦੀ ਤਰ੍ਹਾਂ ਹੀ ਵਰਤਦੇ ਸੀ। ਹੁਣ ਸਾਡੇ ਤਾਇਆ ਜੀ ਸੀ, ਮੇਰੇ ਸਰਦਾਰ ਤਾਇਆ ਜੀ ਕਰਨਲ ਸਾਹਿਬ ਸੀ ਫੌਜ ਦੇ ਵਿੱਚ, ਉਹਨੇ ਸਾਡੇ ਕੋਲ ਚੰਡੀਗੜ੍ਹ ਤੋਂ ਰਹਿੰਦੇ ਹੁੰਦੇ ਸੀ, ਉਹਨਾਂ ਨੇ ਦੋ ਤਿੰਨ ਪੈਗ ਮਸਾ ਲਾਉਂਦੇ ਸੀ, ਉਹ ਘੰਟੇ 'ਚ ਇੱਕ ਘੰਟੇ 'ਚ ਘੰਟੇ 'ਚ ਇੱਕ ਪੈਗ ਮਸਾ ਲਾਉਂਦੇ ਸੀ, ਹਾਂਜੀ ਹਾਂਜੀ, ਉਹ ਦੋ ਤਿੰਨ ਘੰਟੇ ਬੱਚਿਆਂ ਨੇ ਉਹਨਾਂ ਕੋਲ ਬੈਠੇ ਰਹਿਣਾ, ਉਹਨਾਂ ਨੇ ਬੈਗ ਲਾਉਣਾ, ਰੋਟੀ ਖਾ ਕੇ ਸੌਂ ਜਾਂਦੇ ਸੀ, ਉਹ ਇੱਕ ਦਵਾਈ ਸੀ, ਇੱਕ ਦਵਾਈ ਆ ਉਸ ਚੀਜ਼ ਤੋਂ ਚਲਦੀ ਚਲਦੀ ਆ ਕੇ ਬਸ ਇਹ ਚੀਜ਼ ਜਿਹੜੇ ਆਪਾਂ ਅਗਲਾ ਸਿੱਟ ਲਿਆ, ਪਰ ਅਗਲਾ ਸਿੱਟ ਲਿਆ ਉਹ ਮਾੜੀ ਆ, ਹਾਂ ਬਸ ਬੋਤਲਾਂ ਦੇ, ਮੈਂ ਨਹੀਂ, ਮੈਂ ਇਹਨਾਂ ਨਾਲ ਸਹਿਮਤ ਆ, ਸ਼ਰਾਬ ਪੀਣੀ ਮਾੜੀ ਆ, ਪਰ ਮਾੜੀ ਉਹਦੇ ਵਾਸਤੇ ਆ ਜਿਹੜਾ ਬੰਦਾ ਪੀ ਕੇ ਟੱਲੀ ਹੋ ਜਾਂਦਾ, ਖੇ ਖਰਾਬ ਕਰਦਾ, ਮਾਹੌਲ ਖਰਾਬ ਕਰਦਾ, ਹਾਂਜੀ, ਜੇ ਆਪਾਂ ਪੀਣੀ ਆ ਤਾਂ ਦੋ ਤਿੰਨ, ਜੇ ਕਿਸੇ ਬੰਦੇ ਨੇ ਖਰਾਬੀ ਕਰਨੀ ਵੀ ਹੈ ਨਾ ਤੇ ਉਹਦੇ ਨਹੀਂ ਤੇ ਤਾਂ ਵੀ ਜਾਣ ਕੇ ਇੱਕ ਪੈਗ ਲਾ ਕੇ ਤੇ ਫੇਰ ਬਹਿ ਕੇ ਕਰਨੀ ਕਿ ਮੈਂ ਇਹ ਹੋਊਗਾ ਵੀ ਸ਼ਰਾਬੀ ਸੌ, ਹਾਂਜੀ ਤਾਂ ਮੇਰੇ ਕੋਲ ਖਰਾਬੀ ਹੋ, ਹਾਂਜੀ ਹਾਂਜੀ, ਨਹੀਂ ਬੰਦਾ ਪੀ ਖਰਾਬ ਹੀ ਰੱਜ ਕੇ ਕਰਦਾ, ਹਾਂਜੀ ਹਾਂਜੀ, ਉਹੀ ਕਈ ਵਿਆਹਾਂ ਦੇ ਵਿੱਚ ਦੇਖਿਆ ਮਾਹੌਲ ਫ੍ਰੀ ਨਹੀਂ ਹੁੰਦੇ, ਲੋਕ ਸਿੱਟੇ ਜਾਂਦੇ ਜਿਵੇਂ ਦੇਖੀ ਨਹੀਂ ਹੁੰਦੀ ਕਦੇ, ਹਾਂਜੀ ਵੀ ਉਹ ਮੁੜ ਕੇ ਇਹ ਹੋ ਜਾਂਦਾ ਕਿ ਮੈਂ ਸ਼ਰਾਬ ਪੀਤੀ ਸੀ ਤਾਂ ਖਰਾਬੀ ਹੋ ਗਈ, ਇੱਕ ਤੇ ਖਰਾਬੀ ਹੋ ਗਈ ਕਿ ਸ਼ਰਾਬ ਪੀਤੀ ਸੀ, ਦੂਜੀ ਖਰਾਬੀ ਹੋ ਗਈ ਜਿਹੜੀ ਖਰਾਬੀ ਕਰ ਦਿੱਤੀ ਹੋਰ ਕਰਦੀ ਖੋਰ, ਨਾਲੇ ਵਿਆਹ ਦੇ ਵਿੱਚ ਮਾਹੌਲ ਲੋਕਾਂ ਦਾ ਖਰਾਬ, ਮਾਹੌਲ ਤੇ ਲੋਕਾਂ ਵਾਸਤੇ ਤਮਾਸ਼ਾ ਬਣ ਗਿਆ, ਹਾਂਜੀ ਹਾਂਜੀ, ਇਸ ਕਰਕੇ ਜਿਹੜੀ ਇਹ ਚੀਜ਼ ਆ, ਇਸ ਲਈ ਮੈਂ ਰਿਕੁਐਸਟ ਕਰਦੀ ਆ, ਮੈਂ ਸ਼ਰਾਬ ਲਈ ਚੰਗੀ ਨਹੀਂ ਆ, ਸ਼ਰਾਬ ਚੰਗੀ ਆ, ਮੈਂ ਕਹਿੰਦੀ ਸ਼ਰਾਬ ਮਾੜੀ ਆ, ਪਰ ਪੀਓ ਉਹਨੂੰ ਹੱਦ ਤੱਕ ਪੀਓ, ਦੋ ਤਿੰਨ ਪੈਗ ਲਾ ਲਓ, ਪੀ ਉਹ ਲਾ ਲਓ, ਹਾਂਜੀ, ਜਿਹੜਾ ਬੰਦਾ ਹੋਸ਼ 'ਚ ਰਵੇ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਹਾਂਜੀ, ਮੈਂ ਕਈ ਵਾਰ ਆ ਗਈ ਹੈ, ਫਿਰ ਆਉਂ ਆ ਗਈ, ਨਹੀਂ ਕੋਈ ਨਾ, ਆਜੋ 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 ਬਾਬਾ, ਤੁਹਾਡੇ ਵਾਸਤੇ ਬੈਠੇ ਆ ਅਸੀਂ, ਧੰਨਵਾਦ ਜੀ ਬਹੁਤ ਬਹੁਤ ਜੀ ਆਇਆਂ ਨੂੰ, ਹਾਂਜੀ ਹਾਂਜੀ, ਕੀ ਸੁਣਾਓਗੇ ਅੱਜ, ਗਾਉਣਾ ਸੁਣਾ ਦਿੰਦੇ ਜੀ, ਕੋਈ ਸੁਣਾ ਦੋ, ਸੁਣਾ ਦੋ ਥੋੜੇ ਥੋੜੇ, ਸੁਣਾ ਦਿਓ, ਪਿੱਛੇ ਲਾਈਨਾਂ ਸਾਡੀ ਹੋਲਡ ਦੇ ਪਈਆਂ ਕਾਫੀ, ਨਾ ਮੈਂ ਛੋਟੇ ਸੁਣਾਉਂਦੀ ਆ, ਹਾਂਜੀ, ਸੁਣਾ ਦੋ, ਸੁਣਾ ਦੋ, ਮੇਰੀ ਸੱਸ ਗਈ ਵੇ ਜਾਰ ਚੂਰੀ ਕੁੱਟ ਲਈ ਭੈਣੋ, ਮੇਰੀ ਸੱਸ ਗਈ ਵੇ ਜਾਰ ਚੂਰੀ ਕੁੱਟ ਲਈ ਭੈਣੋ, ਉੱਤੇ ਆ ਗਿਆ ਸਹੁਰਾ ਮੇਰੇ ਸਿਰ ਚ ਮਾਰਿਆ ਬੋੜਾ, ਚੂਰੀ ਕੁੱਟ ਲਈ ਭੈਣੋ, ਮੇਰੀ ਸੱਸ ਗਈ ਵੇ ਜਾਰ ਚੂਰੀ ਕੁੱਟ ਲਈ ਭੈਣੋ, ਜੇਠ ਮੈਲ ਖੋਲੀ ਮਿੰਜੇ ਹੇਠ ਚੂਰੀ ਕੁੱਟ ਲਈ ਭੈਣੋ, ਸਾਵਾ ਚੂਰੀ ਕੁੱਟ ਲਈ ਭੈਣੋ, ਉੱਪਤੇ ਆ ਗਿਆ ਦਿਓਰ ਮੇਰਾ ਤੈਨਾ ਪਾਬੀ ਖਾ ਲੈ ਹੋਰ, ਚੂਰੀ ਕੁੱਟ ਲਈ ਭੈਣੋ, ਤੇਰੀ ਸੱਸ ਗਈ ਬਜਾਰ ਚੂਰੀ ਕੁੱਟ ਲਈ ਭੈਣੋ, ਉੱਪਤੇ ਆ ਗਏ ਆਪ ਕਹਿੰਦਾ ਕੰਜਰੀ ਕਮਜਾਤ, ਚੂਰੀ ਕੁੱਟ ਲਈ ਭੈਣੋ, ਮੇਰੀ ਸੱਸ ਗਈ ਬਜਾਰ ਚੂਰੀ ਕੁੱਟ ਲਈ ਭੈਣੋ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਵੈਰੀ ਮੱਚ, ਬਹੁਤ ਸੋਹਣਾ, ਬਹੁਤ ਸੋਹਣਾ, ਚਲੋ ਮੈਂ ਵੀ ਇੱਕ ਹਿੰਦੀ ਦੇ ਹੁਣ ਇਸੇ ਦਾਇਰੇ ਦੇ ਵਿੱਚ ਕੁੜੀਆਂ ਆ ਰਹੀਆਂ, ਮੈਂ ਜਿਹੜਾ ਟੌਪਿਕ ਦੱਸਣ ਲੱਗੀ ਸੀ, ਕਿੱਡਾ ਵੱਡਾ ਮਾਣ ਪਾਇਆ ਸਾਡੀ ਝੋਲੀ ਦੇ ਵਿੱਚ, ਤੇ ਅਸੀਂ ਜੇ ਬੱਚੀਆਂ ਨੂੰ ਸਮਝਾਵਾਂਗੇ ਨਾ ਜਾਂ ਇਹ ਬੱਚੀਆਂ ਨੂੰ ਦੱਸਾਂਗੇ ਨਾ ਤੇ ਉਹਨਾਂ ਨੂੰ ਪਤਾ ਕਿੱਦਾਂ ਲੱਗੂ, ਉਹਨਾਂ ਨੂੰ ਅਸੀਂ ਗੁਰਬਾਣੀ ਦੇ ਥਰੂ ਹੀ ਸਾਰਾ ਕੁਛ ਦੱਸਣਾ ਸ਼ੁਰੂ ਕਰਦੇ ਹਾਂ ਕਿ ਜਿਹੜਾ ਨਸ਼ਾ ਗੁਰਬਾਣੀ ਵਿੱਚੋਂ ਮਿਲਦਾ ਨਾ ਜਾਂ ਸਾਡੇ ਵੱਡਿਆਂ ਤੋਂ ਮਿਲਦਾ, ਉਹ ਇਹਨਾਂ ਚੀਜ਼ਾਂ ਦੇ ਵਿੱਚ ਨਸ਼ਾ ਜਿਹੜਾ ਵਾ ਨਹੀਂ ਹੈਗਾ, ਇਹ ਨਸ਼ਾ ਬਰਬਾਦ ਕਰ ਦੇਣ ਵਾਲਾ ਨਸ਼ਾ ਹੈ। ਹੁਣ ਆਪਾਂ ਛੋਟੇ ਛੋਟੇ ਹੁੰਦੇ ਸਾਂ ਤੇ ਆਪਾਂ ਦਾਦੇ ਦਾਦੀਆਂ ਦੇ ਲਾਗੇ ਬਹਿੰਦੇ ਸਾਂ, ਹੁਣ ਆਪਣਾ ਵੀ ਉਹ ਸਮਾਂ ਆ ਗਿਆ ਕਿ ਆਪਾਂ ਵੀ ਦਾਦੀ ਨਾਨੀ ਬਣ ਗਏ ਜਾਂ ਬਣ ਕੇ ਉਹਨਾਂ ਦੇ ਨਾਲ ਅੱਗੇ ਚੱਲਣਾ। ਅੱਗੇ ਟੀਵੀ ਨਹੀਂ ਸੀ ਹੁੰਦੇ, ਅੱਗੇ ਇੰਨਾ ਯੁੱਗ ਨਹੀਂ ਸੀ ਫੈਲਿਆ ਸਾਇੰਸ ਦਾ, ਹਾਂਜੀ, ਤੇ ਟੀਵੀ ਨਹੀਂ ਸੀ ਤੇ ਕੁਛ ਨਹੀਂ ਸੀ ਹੁੰਦਾ, ਘਰੇ ਦਾਦਾ ਦਾਦੀ ਹੁੰਦੇ ਸੀ, ਕਹਾਣੀਆਂ ਸੁਣਦੇ, ਬਾਤਾਂ ਪਾਉਂਦੇ ਹੁੰਦੇ ਸੀ ਦਾਦਾ ਦਾਦੀ, ਰਾਤਾਂ ਨੂੰ ਕੋਠੇ ਤੇ ਬਹਿ ਕੇ ਬਾਤਾਂ ਪਾਉਣੀਆਂ, ਕਹਾਣੀਆਂ ਸੁਣਾਉਣੀਆਂ, ਲੰਮੇ ਲੰਮੇ ਬਾਤਾਂ, ਮੇਰੇ ਬਾਪੂ ਜੀ ਸਾਨੂੰ, ਮੈਨੂੰ ਹੁਣ ਵੀ ਬਾਪੀ ਕੋਲ ਜਾ ਕੇ ਬਹਿ ਜਾਂਦੀ ਮੈਂ ਪਿਓ ਕੋਲ, ਦੇਖੋ ਉਹ ਧਰੂ ਤਾਰੇ ਦੀ ਕਹਾਣੀ ਸੁਣਾਉਂਦੇ ਆ ਮੈਨੂੰ, ਬਿਲਕੁਲ ਬਿਲਕੁਲ, ਸਾਨੂੰ ਪਿਓ ਦੀ ਨੂੰ ਡਰ ਦਾ ਕਈ ਵਾਰੀ ਇੱਕ ਇੱਕ ਵੱਜ ਜਾਂਦਾ ਸੀ ਕੋਠੇ ਤੇ ਬੈਠਿਆਂ ਨੂੰ, ਉੱਠਣ ਨੂੰ ਦਿਲ ਨਹੀਂ ਕਰਦਾ, ਕੋਲ ਇਹੋ ਜਿਹੀਆਂ ਸਾਖੀਆਂ, ਇਹੋ ਜਿਹੀਆਂ ਬਾਤਾਂ, ਇਹੋ ਜਿਹੀਆਂ ਉਹਨਾਂ ਦੀਆਂ ਗੱਲਾਂ ਹੁੰਦੀਆਂ। ਮੈਨੂੰ ਆਪਣੇ ਦਾਦੇ ਦੀ ਗੱਲ ਯਾਦ ਆ ਰਹੀ ਆ ਕਿ ਉਹਨਾਂ ਦੇ ਕੋਲ ਮੈਂ ਜਾਣਾ ਸਿਰਫ ਇਸ ਕਰਕੇ ਕਿ ਉਹ ਕੋਈ ਗੁਰਬਾਣੀ ਦੀਆਂ ਗੱਲਾਂ ਦੱਸਦੇ ਆ, ਹਾਂਜੀ, ਤੇ ਉਹਨਾਂ ਨੇ ਮੇਰੇ ਕੋਲ ਬਹਿਣ ਦਾ, ਮੈਨੂੰ ਆਪਣੇ ਕੋਲ ਬਹਾਉਣ ਦਾ ਇੱਕ ਬਹੁਤ ਹੀ ਸ਼ੌਕ ਬਣਾ ਲਿਆ, ਤੇ ਮੈਨੂੰ ਕੋਲ ਬਾ ਕੇ ਉਹਨਾਂ ਨੇ ਸਾਖੀਆਂ ਸੁਣਾਉਣੀਆਂ। ਮੈਨੂੰ ਉਹਨਾਂ ਨੇ ਇੱਕ ਸਾਖੀ ਸੁਣਾਈ ਜਿਹੜੀ ਮੈਨੂੰ ਹੁਣ ਯਾਦ ਆ ਗਈ, ਤੇ ਆਪਾਂ ਗੱਲਬਾਤ ਸ਼ੁਰੂ ਕਰੀਏ, ਹਾਂਜੀ, ਜਿਵੇਂ ਪ੍ਰੋਗਰਾਮ ਕਹਿੰਦੇ ਵੀ ਜ਼ਿਆਦਾ ਵੀ ਆਹ ਕਰੋ, ਹਾਂਜੀ ਹਾਂਜੀ, ਮਨੋਰੰਜਨ, ਤੇ ਉਹ ਜਿਹੜਾ ਮੈਂ ਸੁਣਾਉਣੀ ਤੁਹਾਨੂੰ ਮਨੋਰੰਜਨ ਵਾਸਤੇ ਆ, ਉਹਨਾਂ ਨੇ ਵੀ ਇਸ ਤਰ੍ਹਾਂ ਦੀ ਗੱਲਾਂ ਰੱਖੀਆਂ ਸੀ ਜਿਹੜੀਆਂ ਮਨੋਰੰਜਨ 'ਚ ਹੀ ਆਉਂਦੀਆਂ ਸੀ। ਓਕੇ ਓਕੇ, ਉਹ ਕਹਿੰਦੇ ਜੀ ਇਸ ਤਰ੍ਹਾਂ ਕਰਕੇ ਵੀ ਗੁਰੂ ਜਿਹੜੇ ਸੀ ਨਾ ਉਹ ਆਪਣੇ ਜਦੋਂ ਗੁਰਬਾਣੀ ਦੇ ਨਾਲ ਜੋੜ ਛੱਡਦੇ ਸੀ ਤੇ ਆਪਣੇ ਚੇਲਿਆਂ ਨੂੰ ਮੁੜ ਕੇ ਉਹਨਾਂ ਨੇ ਸਵਾਲ ਪਾਉਂਦੇ ਸੀ, ਜਦੋਂ ਉਹਨਾਂ ਨੇ ਗੱਦੀ ਵਗੈਰਾ ਦੇਣੀ ਹੁੰਦੀ ਸੀ ਵੀ ਕਿਹੜਾ ਬੰਦਾ ਜਿਹੜਾ ਗੱਦੀ ਦੇ ਲਾਇਕ ਹੈਗਾ, ਉਹਦੇ ਵਾਸਤੇ ਉਹਨਾਂ ਨੇ ਸਵਾਲ ਪਾਉਣਾ। ਮੈਂ ਬਾਅਦ ਚ ਦੱਸ। ਹੈਲੋ, ਹੈਲੋ,
ਹਾਂਜੀ ਸਤਿ ਸ੍ਰੀ ਅਕਾਲ ਜੀ ਦੋਨਾਂ ਭੈਣਾਂ ਨੂੰ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਕੀ ਹਾਲ ਆ? ਵਧੀਆ, ਹਾਲ ਵਧੀਆ, ਠੀਕ ਠਾਕ। ਤੇ ਹੋਰ ਅੱਜ ਤੁਸੀਂ, ਮੈਂ ਤਾਂ ਕਿਤੇ ਹਿੰਦੀ ਡੇ ਆ ਅੱਜ, ਜਿਹੜਾ ਤੁਸੀਂ ਹਿੰਦੀ ਸ਼ੁਰੂ ਕਰਤੀ। ਬਸ ਹਿੰਦੀ ਪ੍ਰੋਗਰਾਮ ਹਿੰਦੀ ਸ਼ੁਰੂ ਕਰਿਆ ਸੀ, ਮੈਨੂੰ ਕਿਸੇ ਰਿਕੁਐਸਟ ਕਰੀ ਦੋ ਤਿੰਨ ਵੀਕ ਹੋ ਗਏ। ਨਹੀਂ ਉਹ ਮੈਂ ਵੀ ਹਾਂ, ਮੈਂ ਹਿੰਦੀ ਦੇ ਵਿਰੁੱਧ ਨਹੀਂ ਗੀ, ਮੈਂ ਕੋਈ ਵੇਖਣ ਸੁਣਨ ਵਾਲਾ ਸਮਝ ਲਵੇ, ਪਰ ਹਿੰਦੀ ਦੇ ਤਾਂ ਪ੍ਰੋਗਰਾਮ ਇੰਨੇ ਚੱਲਦੇ ਆ, ਤੇ ਇਹ ਤਾਂ ਮਸਾਂ ਦੇ ਕੇ ਇੱਕ ਸ਼ੁਰੂ ਹੋਇਆ ਸੀ ਸਿੱਠਣੀਆਂ ਤੇ ਕੀ ਦੋਹੇ। ਨਹੀਂ ਨਹੀਂ ਇਹ ਰੋਜ਼ ਨਹੀਂ ਹੋਣਾ ਹਿੰਦੀ ਦਾ ਪ੍ਰੋਗਰਾਮ, ਉਹ ਤਾਂ ਵੈਸੇ ਮੈਨੂੰ ਕਹਿੰਦੇ ਆਂਟੀ ਸਾਹਿਬ ਆਪ ਵੀ ਆਪ ਹਿੰਦੀ ਮੈਂ ਹਮੇ ਬੋਲੀ ਸੁਣਾਈਏ, ਗਾਣਾ ਸੁਣਾਈਏ, ਵੀ ਆਪਕਾ ਪ੍ਰੋਗਰਾਮ ਸਮਝ ਨਹੀਂ ਆਤੀ ਆਪਕੇ ਪ੍ਰੋਗਰਾਮ ਕੀ। ਹਾਂ ਤੇ ਆਪਾਂ ਜਿਹੜੇ ਪੰਜਾਬੀ ਚ ਪ੍ਰਪੱਕ ਹੋਏ ਹੋਏ ਆਪਣੀ ਹਿੰਦੀ ਵੀ ਓਪਰੀ ਜੀ ਲੱਗਦੀ ਆਪਣੇ ਮੂੰਹ ਆਪਾਂ ਬੂਟੀ ਬੂਟੀ ਹਿੰਦੀ ਬੋਲ ਕੇ ਉਹਨਾਂ ਦਾ ਪ੍ਰੋਗਰਾਮ ਕਰ ਦਿਆ ਹਮਨੇ। ਹਾਂਜੀ 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 ਹਾਂਜੀ, ਬਸ ਲੜਕਾ ਰਿਕੁਐਸਟ ਹੀ ਕੀ ਥੀ ਮੇਰੇ ਕੋ। ਅੱਛਾ ਹਾਂਜੀ ਹਾਂਜੀ ਹਾਂਜੀ, ਚਲੋ ਆਪ ਤੁਸੀਂ ਸੁਣਾਓ ਹੁਣ। ਮੈਂ ਇੱਕ ਤਾਂ ਮੈਨੂੰ ਬੋਲੀ ਯਾਦ ਆ ਗਈ ਤੁਹਾਡੀ ਬੋਲੀ ਤੋਂ, ਤੇ ਇੱਕ ਮੈਨੂੰ ਨਸ਼ੇ ਦੇ ਸੰਬੰਧ ਚ ਕਵਿਤਾ ਸੀਗੀ, ਸੁਣਾ ਦੋ ਹੁਣ ਟਾਈਮ ਦੀ ਗੱਲ ਹੁੰਦੀ ਹੈ। ਚੱਲ ਪਹਿਲਾਂ ਬੋਲੀ ਸੁਣਾਉਣੀ ਆ, ਬੋਲੀ ਸੁਣਾ ਬੋਲੀ। ਹੁਣ ਜਾਣ ਨੂੰ ਨੋ ਦਰਵਾਜ਼ੇ ਖਿਸਕ ਜਾਣ ਨੂੰ ਤਾਂ ਕੀ ਸੋਹਣੀ ਨਾ ਵਿਆਹੀਏ, ਰੱਖਣੀ ਪਊਗੀ ਰਾਖੀ ਸੋਹਣੀ ਨਾ ਵਿਆਹੀਏ, ਰੱਖਣੀ ਪਊ। ਹੁਣ ਜਾਣ ਨੂੰ ਨੋ ਦਰਵਾਜ਼ੇ ਖਿਸਕ ਜਾਣ ਨੂੰ ਤਾਂ ਕੀ ਸੋਹਣੀ ਵਿਆਹ ਲੂੰਗਾ, ਬੁੜਾ ਬਿਠਾ ਦੂ ਰਾਖੀ ਸੋਹਣੀ ਵਿਆਹ ਲੂੰਗਾ, ਬੁੜਾ ਬਿਠਾ ਦੂ ਰਾਖੀ। ਤੇ ਹੁਣ ਮੈਂ ਕਵਿਤਾ ਸੁਣਾਵਾਂ, ਦੋ ਤਿੰਨ ਕਲੈਨਾ ਸੁਣਾ ਦਿਓ। ਨਹੀਂ ਦੋ ਕਦੇ ਨਿਕਲਾ ਇਹਨਾਂ ਨਾਲ ਤਾਂ ਫਿਰ ਉਹ ਨੀ ਚੰਗੀ ਲੱਗਣੀਗੀ। ਹਾਂਜੀ ਜਾਂ ਨੈਕਸਟ ਵੀਕ ਸੁਣਾ ਦਿਓ ਫਿਰ। ਉਹ ਨਸ਼ੇ ਦੇ ਸੰਬੰਧ ਚ ਸੀਗੀ ਤੁਹਾਡਾ ਅੱਜ ਵਿਸ਼ਾ, ਉਹ ਰੱਖੇ ਰਿਹਾ ਤਾਂ ਸੁਣਾ ਦਿਓ ਫਿਰ। ਸੁਣਾ ਦਿਓ, ਨਹੀਂ ਬਾਣੀ ਤਾਂ ਨਹੀਂ ਲੰਬੀ, ਬਾਣੀ ਸੁਣੀਗੀ, ਸੁਣਾ ਦਿਓ ਸੁਣਾ ਦਿਓ। ਇੱਕ ਸੀ ਮੁੰਡਾ ਬੜਾ ਸ਼ਰਾਬੀ, ਵੇਖੀ ਉਸਦੀ ਅਸਾਂ ਖਰਾਬੀ, ਹੱਟੀ ਅੰਦਰ ਬਹਿ ਗਿਆ ਜਾ ਕੇ, ਬੋਤਲ ਲੈ ਲਈ ਨੋਟ ਬਣਾ ਕੇ, ਗਟ ਗਟ ਕਰਕੇ ਪੀ ਗਿਆ ਸਾਰੀ, ਫਿਰ ਉਸਨੂੰ ਚੜ ਗਈ ਕੁਮਾਰੀ, ਭਲੇ ਬੁਰੇ ਦੀ ਰਹੀ ਨਾ ਹੋਸ਼, ਫੇਰਾ ਚੜਿਆ ਐਸਾ ਜੋਸ਼, ਭੰਨ ਬੋਤਲਾਂ ਪਿਆਲੇ ਤੋੜੇ, ਮਾਰਨ ਲੱਗਾ ਇੱਟਾਂ ਰੋੜੇ, ਹੱਟੀ ਅੰਦਰ ਮੱਚ ਗਿਆ ਸ਼ੋਰ, ਬਾਹਰੋਂ ਲੋਕੀ ਆ ਗਏ ਹੋਰ, ਵੇਖ ਵੇਖ ਫਿਰ ਉਸਦੇ ਕਾਰੇ, ਲੋਕਾਂ ਉਸਨੂੰ ਧੱਕੇ ਮਾਰੇ, ਮਾਰ ਕੇ ਧੱਕੇ ਕੱਢਿਆ ਬਾਹਰ, ਸਾਲੋ ਢਿੱਠਾਂ ਵਿੱਚ ਬਾਜ਼ਾਰ, ਕੋਈ ਮਾਰੇ ਕੋਈ ਕੁੱਟੇ, ਕੋਈ ਉਸ ਤੇ ਮਿੱਟੀ ਸੁੱਟੇ, ਕੁੱਤਾ ਜਦ ਕੋਈ ਕੋਲ ਆ ਜਾਵੇ, ਮੂੰਹ ਉਹਦਾ ਜੱਟਣ ਲੱਗ ਜਾਵੇ, ਵੇਖੋ ਕੋਲੋਂ ਪੈਸੇ ਲਾ ਕੇ ਕੀ ਮਿਲਿਆ ਸੁਪੱਤ ਗਵਾ ਕੇ, ਬੀਬੇ ਬੱਚਿਓ ਜਿੱਥੇ ਵੀ ਜਾਓ, ਭੁੱਲ ਕੇ ਇਹਨੂੰ ਹੱਥ ਨਾ ਲਾਓ, ਭੁੱਲ ਕੇ ਕਦੇ ਨਾ ਪੀਓ ਸ਼ਰਾਬ, ਕਦੇ ਇਸ ਨੂੰ ਹੱਥ ਨਾ ਲਾਓ, ਭੁੱਲ ਕੇ ਕਦੇ ਨਾ ਪੀਓ ਸ਼ਰਾਬ, ਕਰਦੀ ਹੈ ਇਹ ਬਹੁਤ ਖਰਾਬ, ਕਦੇ ਇਸ ਨੂੰ ਹੱਥ ਨਾ ਲਾਓ, ਦੇਸ਼ ਵਿਦੇਸ਼ੋਂ ਨਾ ਮੰਗਵਾਓ। ਓਕੇ ਜੀ, ਬਹੁਤ ਵਧੀਆ ਭੈਣ ਜੀ, ਬਹੁਤ ਵਧੀਆ ਤੁਹਾਡੀ ਕਵਿਤਾ, ਬਹੁਤ ਵਧੀਆ। ਹਾਂਜੀ ਬਹੁਤ ਸੋਹਣੀ ਕਵਿਤਾ, ਵਧੀਆ, ਧੰਨਵਾਦ ਜੀ ਬਹੁਤ ਬਹੁਤ। ਹਾਂਜੀ ਹਾਂਜੀ, ਚਲੋ ਮੈਂ ਸੁਣਾ ਦਿੱਤੀ। ਇੰਜਨ ਕੀ ਸੀਟੀ ਪੇ ਮਾਰੋ ਦਿਲ ਡੋਲੇ, ਇੰਜਨ ਕੀ ਸੀਟੀ ਪੇ ਮਾਰੋ ਦਿਲ ਡੋਲੇ, ਚਲਾ ਚਲਾ ਲੇ ਡਰੈਵਰ ਗਾਡੀ ਹੌਲੇ ਹੌਲੇ, ਚਲਾ ਚਲਾ ਲੇ ਡਰੈਵਰ ਗਾਡੀ ਹੌਲੇ ਹੌਲੇ, ਇੰਜਨ ਕੀ ਸੀਟੀ ਪੇ ਮਾਰੋ ਮਨ ਡੋਲੇ, ਇੰਜਨ ਕੀ ਸੀਟੀ ਪੇ ਮਾਰੋ ਮਨ ਡੋਲੇ। ਤੁਸੀਂ ਕੋਈ ਬੋਲੀ ਸੁਣਾਓ ਹੁਣ ਪੰਜਾਬੀ। ਹਾਂਜੀ, ਮਾਨੀ ਮਾਂ ਮੈਨੂੰ ਜੁੱਤੀ ਸਵਾ ਦੇ, ਮਾਨੀ ਮਾਂ ਮੈਨੂੰ ਜੁੱਤੀ ਸਵਾ ਦੇ, ਵਿੱਚ ਲਵਾ ਦੇ ਖੁਰੀਆਂ ਨੀ ਆ ਦਿਨ ਖੇਡਣ ਦੇ, ਸਸਾਨਣਾ ਨਾ ਬੁਰੀਆਂ ਨੀ ਆ ਦਿਨ ਖੇਡਣ ਦੇ, ਸਸਾਨਣਾ ਨਾ ਬੁਰੀਆਂ ਨੀ ਆ ਦਿਨ ਖੇਡਣ ਦੇ। ਕਈਆਂ ਦੇ ਮਾਈਏ ਡੀ ਸੀ ਲੱਗੇ, ਕਈਆਂ ਦੇ ਠਾਣੇ ਦਾ, ਕਈਆਂ ਦੇ ਮਾਈਏ ਡੀ ਸੀ ਲੱਗੇ, ਕਈਆਂ ਦੇ ਠਾਣੇ ਦਾ। ਅਮਨ ਦਾ ਮਾਹੀਆ ਕੀ ਲੱਗਿਆ, ਛਾਣਬੂਰਾ ਵੇਚਦਾ ਨਿਸ਼ਾਨਬੂਰਾ ਵੇਚਦਾ, 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 ਛਾਣਬੂਰਾ ਵੇਚਦਾ। ਰੂਪ ਦੇਸ਼ਕਾਰੀ ਅੱਖ ਰੱਖ ਦੇ ਕਵਾਰੀਆਂ ਤੇ, ਰੂਪ ਦੇਸ਼ਕਾਰੀ ਅੱਖ ਰੱਖ ਦੇ ਕ ਤੇ, ਅਸੀਂ ਵੀ ਨੀ ਰਹਿਣਾ ਕਿਸੇ ਕੋਲੋਂ ਡਰ ਕੇ, ਕਿਹੜਾ ਲੰਘ ਜੂ ਜੱਟੀ ਲੈ ਅੱਖ ਕਰਕੇ, ਕਿਹੜਾ ਲੰਘ ਜੂ ਜੱਟੀ ਦੇ ਵਾਲੇ ਅੱਖ ਕਰਕੇ, ਕਿਹੜਾ ਲੰਘ ਜੂ ਜੱਟੀ ਦੇ ਵਾਲੇ ਅੱਖ ਕਰਕੇ।
ਨੀ ਮੈਂ ਨਾਭੇ ਸ਼ਹਿਰ ਜਾਵਾਂ ਉੱਥੋਂ ਬੰਗਾਂ ਲੈ ਆਵਾਂ ਨੀ ਤੂੰ ਐਵੇਂ ਰੁੱਸ ਗਈ ਬੇ ਮੈਂ ਚੜੇ ਜੇਠ ਨੇ ਕੁੱਟੀ ਮੇਰੀ ਬੰਗ ਟੁੱਟ ਗਈ ਬੇ ਮੈਂ ਚੜੇ ਜੇਠ ਨੇ ਕੁੱਟੀ ਮੇਰੀ ਬੰਗ ਟੁੱਟ ਗਈ ਬੇ ਮੈਂ ਚੜੇ ਜੇਠ ਨੇ ਕੁੱਟੀ ਮੇਰੀ ਬੰਗ ਟੁੱਟ ਗਈ ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਪਿੰਡ ਸੁਣੀਂਦਾ ਚੀਮਾ ਬਈ ਸਾਉਣ ਮਹੀਨੇ ਮੀਨਾ ਪੈਂਦਾ ਸੁੱਕੀਆਂ ਰਹਿਣ ਜ਼ਮੀਨਾਂ ਤੂੜੀ ਖਾ ਕੇ ਬੁਲਦ ਹਾਰ ਗਏ ਗੱਭਰੂ ਲੱਗ ਗਏ ਫੀਮਾ ਤੇਰੀ ਬੈਠਕ ਨੇ ਪੱਟਿਆ ਕਬੂਤਰ ਚੀਨ ਤੇਰੀ ਬੈਠਕ ਨੇ ਪੱਟਿਆ ਕਬੂਤਰ ਚੀਨਾ ਤੇਰੀ ਬੈਠਕ ਨੇ ਪੱਟਿਆ ਕਬੂਤਰ ਚੀਨਾ ਤੇਰੀ ਬੈਠਕ ਨੇ ਹਾਂਜੀ ਚਲੋ ਸੁਣਾਓ ਤੁਸੀਂ ਵੀ ਕੋਈ ਸੁਣਾਓ ਬੋਲੀ ਕੋਈ ਟੱਪਾ ਸੁਣਾਓ ਛੱਲਾ ਨੀ ਛੱਲਾ ਮੇਰੀ ਚੀਚੀ ਦਾ ਰਾਂਝਾ ਨੀ ਰਾਂਝਾ ਮੋਰ ਬਗੀਚੀ ਦਾ ਰਾਂਝਾ ਨੀ ਰਾਂਝਾ ਮੋਰ ਬਗੀਚੀ ਦਾ ਰਾਂਝਾ ਨੀ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਹਾਲ ਆ ਠੀਕ ਆ ਜੀ ਕੀ ਸੁਣਾਵਾਂ ਅੱਜ ਬੋਲੀ ਸੁਣਾ ਦੇਣਾ ਜੀ ਕੋਈ ਸੁਣਾ ਦਿਓ ਮੈਂ ਨਵੀਂ ਲਾਈ ਵੇ ਰਾਂਝਣਾ ਵਾਗੀ ਧਾਣਾ ਲਾਇਆ ਮੈਂ ਨਵੀਂ ਲਾਈ ਵੇ ਰਾਂਝਣਾ ਵਾਗੀ ਧਾਣਾ ਲਾਇਆ ਪੰਜ ਪੰਜ ਭੁੱਲ ਗਈ ਵੇ ਰਾਂਝਣਾ ਖੜਾ ਖੜਾ ਦੱਸਿਆਈ ਪੰਜ ਪੰਜ ਭੁੱਲ ਗਈ ਵੇ ਰਾਂਝਣਾ ਖੜਾ ਖੜਾ ਦੱਸ ਜਾਈ ਚੱਲ ਵਿਆਹ ਰੰਗ ਚੋ ਚੋ ਪੈਂਦਾ ਵੇ ਰਾਂਝਣਾ ਕਰ ਲੈ ਹੇਠ ਕਟੋਰੀ ਰੰਗ ਚੋ ਚੋ ਪੈਂਦਾ ਵੇ ਰਾਂਝਣਾ ਕਰ ਲੈ ਹੇਠ ਕਟੋਰੀ ਚੱਲ ਵਿਆਹ ਕਰਵਾਈਏ ਵੇ ਰਾਂਝਣਾ ਤੂੰ ਕਾਲਾ ਮੈਂ ਗੋਰੀ ਚੱਲ ਵਿਆਹ ਕਰਵਾਈਏ ਵੇ ਰਾਂਝਣਾ ਤੂੰ ਕਾਲਾ ਮੈਂ ਗੋਰੀ ਸਾਡਾ ਵਿਆਹ ਨਾ ਹੁੰਦਾ ਵੇ ਰਾਂਝਣਾ ਨੂਰ ਮੈਲ ਦੀ ਮੋਰੀ ਸਾਡਾ ਵਿਆਹ ਨਾ ਹੁੰਦਾ ਵੇ ਰਾਂਝਣਾ ਨੂਰ ਮੈਲ ਦੀ ਮੋਰੀ ਫੁੱਲ ਵਿਕਣੇ ਆਏ ਵੇ ਰਾਂਝਣਾ ਟਕੇ ਟਕੇ ਦੀ ਜੋੜੀ ਫੁੱਲ ਵਿਕਣੇ ਆਏ ਵੇ ਰਾਂਝਣਾ ਟਕੇ ਟਕੇ ਦੀ ਜੋੜੀ ਫੁੱਲ ਲੈ ਕੇ ਦੇ ਦੇ ਵੇ ਰਾਂਝਣਾ ਮਾਂ ਭੈਣ ਤੇ ਚੋਰੀ ਫੁੱਲ ਲੈ ਕੇ ਦੇ ਦੇ ਵੇ ਰਾਂਝਣਾ ਮਾਂ ਭੈਣ ਤੇ ਚੋਰੀ ਥੈਂਕ ਯੂ ਜੀ ਬਹੁਤ ਸੋਹਣਾ ਤੁਹਾਡਾ ਗਾਣਾ ਬਹੁਤ ਜ਼ਿਆਦਾ ਵਧੀਆ ਬਹੁਤ ਸੋਹਣਾ ਮੈਂ ਤਾਂ ਪੂਰੇ ਧਿਆਨ ਨਾਲ ਸੁਣਿਆ ਹੈ ਕੰਨ ਕੋਲ ਨੂੰ ਕਰ ਕਰ ਕੇ ਹਾਂਜੀ 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 ਬਹੁਤ ਸੋਹਣਾ ਹਾਂਜੀ ਥੈਂਕ ਯੂ ਵੈਰੀ ਮੱਚ ਚੋਲੇ ਪਾਵਾਂ ਪੜੋਲੇ ਚਿੱਤ ਚੰਦਰੀ ਦਾ ਡੋਲਦਾ ਚੋਲੇ ਪਾਵਾਂ ਪੜੋਲੇ ਚਿੱਤ ਚੰਦਰੀ ਦਾ ਮਰਾਂ ਕੇ ਮਰ ਕੇ ਜੀਵਾਂ ਮਾਈਆ ਮੁੱਖੋਂ ਵੀ ਨੀ ਬੋਲਦਾ ਮਰਾਂ ਕੇ ਮਰ ਕੇ ਜੀਵਾਂ ਮਾਈਆ ਮੁੱਖੋਂ ਵੀ ਨੀ ਬੋਲਦਾ ਕੜਾ ਕੜੇ ਤੇ ਮੱਗੀ ਜਾਲ ਮਾਂ ਦਿਲ ਵਿੱਚ ਰੱਖਦਾ ਠੱਗੀ ਵੇ ਜਾਲ ਮਾਂ ਦਿਲ ਵਿੱਚ ਰੱਖਦਾ ਠੱਗੀ ਵੇ ਜਾਲ ਮਾਂ ਦਿਲ ਵਿੱਚ ਰੱਖਦਾ ਠੱਗੀ ਵੇ ਜਾਲ ਮਾਂ ਹਾਂਜੀ ਪੱਕਣ ਗੀਆਂ ਅੰਬੀਆਂ ਤੇ ਪਾਵਾਂਗੇ ਮਰੱਬਾ ਜੇਠ ਗਿਆ ਨੌਕਰੀ ਜਠਾਣੀ ਦਾ ਮੂੰਹ ਬੱਗਾ ਨੀ ਜਠਾਣੀਏ ਥਾਲੀ ਵਿੱਚ ਪਬਕਾ ਵੱਜਾ ਜਠਾਣੀਏ ਥਾਲੀ ਵਿੱਚ ਪਬਕਾ ਵੱਜਾ ਦਰਾਣੀਏ ਪਵਕੇ ਦਾ ਹੁਣ ਪਤਾ ਲੱਗਾ ਦਰਾਣੀਏ ਪਵਕੇ ਦਾ ਹੁਣ ਪਤਾ ਲੱਗਾ ਦਰਾਣੀ ਮੈਂ ਤੇ ਦਰਾਣੀ ਦੋਵੇਂ ਤੀਰਥਾਂ ਨੂੰ ਚੱਲੀਆਂ ਜੇਰ ਪੁੱਛਣ ਲੱਗਾ ਕਿਉਂ ਚੱਲੀਆਂ ਟੈਮ ਗੱਡੀ ਦਾ ਹੋਣ ਲੱਗਿਆ ਨੀ ਦੇਰ ਮਾਰ ਕੇ ਦਹੱਥੜਾ ਰੋਣ ਲੱਗਿਆ ਨੀ ਦਿਓਰ ਮਾਰ ਕੇ ਦਹੱਥੜਾ
ਰੋਣ ਲੱਗਿਆ ਨੀ ਦਿਓਰ ਮਾਰ ਕੇ ਦਹੱਤੜਾ ਰੋਣ ਲੱਗਿਆ ਇੱਧਰ ਕਣਕਾਂ ਇੱਧਰ ਕਣਕਾਂ ਵੇਦੀ ਜਾਂਦੀਆਂ ਸੜਕਾਂ ਨੀ ਮਾਏ ਮੈਂ ਤੋਰੀ ਨਾ ਕਟਲਾ ਜਮਾਈ ਦੀਆਂ ਰੜਕਾਂ ਨੀ ਮਾਏ ਮੈਂ ਤੋਰੀ ਨਾ ਕਟਲਾ ਜਮਾਈ ਦੀਆਂ ਰੜਕਾਂ ਨੀ ਮਾਏ ਮੈਂ ਤੋਰੀ ਨਾ ਕਟਲਾ ਜਮਾਈ ਦੀਆਂ ਜੇ ਜੱਟੀਏ ਜੱਟ ਕੁੱਟਣਾ ਹੋਵੇ ਜੇ ਜੱਟੀਏ ਜੱਟ ਕੁੱਟਣਾ ਹੋਵੇ ਕੁੱਟੀਏ ਸੰਦੂਖਾਂ ਓਲੇ ਨੀ ਪਹਿਲਾਂ ਜੜ ਤੋਂ ਮੱਕੀ ਫਿਆਈਏ ਪਹਿਲਾਂ ਜੜ ਤੋਂ ਮੱਕੀ ਪਿਆਈਏ ਫੇਰ ਫਿਆਈਏ ਛੋਲੇ ਜੱਟੀਏ ਦੇ ਦਵਕਾ ਜੱਟ ਫੇਰ ਨਾ ਬਰਾਬਰ ਬੋਲੇ ਜੱਟੀਏ ਦੇ ਦਵ ਫੇਰ ਨਾ ਬਰਾਬਰ ਬੋਲੇ ਜੱਟੀਏ ਦੇ ਦਵਕਾ ਜੱਟ ਫੇਰ ਨਾ ਬਰਾਬਰ ਬੋਲੇ ਜੱਟੀਏ ਦੇ ਦਵਕਾ ਤੇ ਮੈਂ ਤੁਹਾਡੇ ਨਾਲ ਉਹ ਗੱਲ ਸ਼ੁਰੂ ਕੀਤੀ ਸੀ ਕਿ ਕਿਸ ਤਰ੍ਹਾਂ ਦਾਦੇ ਦਾਦੀਆਂ ਵੀ ਗੱਲ ਕਰਦੇ ਹੁੰਦੇ ਸੀ ਹਾਂਜੀ 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 ਤੇ ਉਹਨਾਂ ਵਿੱਚੋਂ ਇੱਕ ਗੱਲ ਮੈਨੂੰ ਯਾਦ ਆਈ ਜਿਹੜੀ ਮੈਂ ਦੱਸਣ ਲੱਗੀ ਉਹਨਾਂ ਪਹਿਲਾਂ ਇਸ ਤਰ੍ਹਾਂ ਗੁਰਬਾਣੀ ਦੀਆਂ ਗੱਲਾਂ ਸਿਖਾਉਂਦਿਆਂ ਰਹਿਣਾ ਮੈਨੂੰ ਵੀ ਬੜੀਆਂ ਚੰਗੀਆਂ ਲੱਗਣੀਆਂ ਮੇਰਾ ਸ਼ੌਂਕ ਵੀ ਜਿਹੜਾ ਉੱਥੋਂ ਹੀ ਪੈਦਾ ਹੋਇਆ ਤੇ ਉਹ ਗੱਲ ਬੜੀ ਸੋਹਣੀ ਸੀ ਵੀ ਕਿਸੇ ਗੁਰੂ ਨੇ ਆਪਣੇ ਚੇਲਿਆਂ ਦਾ ਜਿਹੜਾ ਸੀ ਉਹ ਇਮਤਿਹਾਨ ਲੈਣਾ ਸੀ ਵੀ ਮੈਂ ਕਿਸ ਤਰ੍ਹਾਂ ਕਿਹਨੂੰ ਚੁਣਾ ਵੀ ਆਪਣੇ ਅੱਗੇ ਗੱਦੀ ਦੇਣ ਵਾਸਤੇ ਤੇ ਉਹਨਾਂ ਨੇ ਨਾ ਪੰਜ ਮੁਰਗੇ ਲਏ ਤੇ ਪੰਜਾਂ ਆਪਣੇ ਚੇਲਿਆਂ ਦੇ ਹੱਥਾਂ 'ਚ ਫੜਾ ਦਿੱਤੇ ਤੇ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਇਹਦੇ ਵਿੱਚੋਂ ਮੁਰਗੇ ਦੀ ਬਲੀ ਦੇਣੀ ਆ ਅੱਛਾ ਤੇ ਉਹ ਜਿਹੜੀ ਸੀ ਵੀ ਉਹਨਾਂ ਦਾ ਤੇ ਉਹ ਜਿਹੜਾ ਸੀ ਇਮਤਿਹਾਨ ਸੀ ਵੀ ਇਹਦੀ ਬਲੀ ਦੇ ਕੇ ਆਉਣਾ ਤੁਸੀਂ ਤੇ ਮੈਂ ਵੀ ਉਹਨਾਂ ਨੇ ਭੇਜ ਦਿੱਤਾ ਉਹ ਗਏ ਤੇ ਜਾ ਕੇ ਜਗ੍ਹਾ ਇਹੋ ਜਿਹੀਆਂ ਵੇਖ ਕੇ ਕਿਸੇ ਨੇ ਦੇਖਿਆ ਵੀ ਮੈਨੂੰ ਇੱਥੇ ਨਹੀਂ ਸੀ ਕੋਈ ਵੇਖਦਾ ਜਿੱਥੇ ਤੁਹਾਨੂੰ ਕੋਈ ਮਤਲਬ ਨਹੀਂ ਵੇਂਦਾ ਉੱਥੇ ਇਹਨਾਂ ਦੀ ਬਲੀ ਦੇਣੀ ਹੈ ਮਤਲਬ ਉਹਨਾਂ ਦਾ ਮਕਸਦ ਇਹ ਸੀ ਵੀ ਇਹਨਾਂ ਦੀ ਬਲੀ ਦੇਣੀ ਹੈ ਤੇ ਉੱਥੇ ਦੇਣੀ ਜਿੱਥੇ ਤੁਹਾਨੂੰ ਕੋਈ ਵੇਖਦਾ ਨਾ ਹਾਂਜੀ ਹਾਂ ਸੁਨਸਾਨ ਜਗ੍ਹਾ ਹੋਵੇ ਸੋ ਕੋਈ ਵੀ ਹੋਵੇ ਉਹ ਇੱਕ ਕਹਿੰਦਾ ਜੀ ਮੈਂ ਤੇ ਇਸ ਤਰ੍ਹਾਂ ਕਰੀਰਾਂ ਦੇ ਉਹਲੇ ਇਸ ਤਰ੍ਹਾਂ ਕੋਈ ਨਹੀਂ ਸੀ ਉੱਥੇ ਮੈਨੂੰ ਵੇਖਦਾ ਉੱਥੇ ਦੇ ਆਇਆ ਕੋਈ ਕਹਿੰਦਾ ਜੀ ਮੈਂ ਇਸ ਤਰ੍ਹਾਂ ਕਰਕੇ ਉਹ ਅੱਗੇ ਗਿਆ ਉੱਥੇ ਕਾਫੀ ਮਤਲਬ ਜਗ੍ਹਾ ਸੀ ਸ਼ੇੜੀ ਜਿੱਥੇ ਛੁਪ ਕੇ ਮੈਂ ਇਹਦੀ ਬਲੀ ਦੇ ਆਇਆ ਕੋਈ ਕਹਿੰਦਾ ਮੈਂ ਇਸ ਤਰ੍ਹਾਂ ਕਰਕੇ ਤੇ ਜਿਹੜਾ ਪੰਜਵਾਂ ਸੀ ਨਾ ਹਾਂਜੀ ਹਾਂਜੀ ਉਹਨੇ ਬਲੀ ਨਹੀਂ ਦਿੱਤੀ ਉਹਨੇ ਕਿਹਾ ਮੈਂ ਰੱਬ ਦੇ ਉਹ ਕਹਿੰਦੇ ਜੀ ਉਹ ਚਾਰੇ ਕਹਿੰਦੇ ਆਉਂਦੇ ਵੀ ਇਹ ਬੰਦਾ ਫੇਲ ਹੋ ਗਿਆ ਇਸ ਕੰਮ ਦੇ ਵਿੱਚੋਂ ਇਹ ਤੇ ਉਹਨੂੰ ਉਸ ਤਰ੍ਹਾਂ ਹੀ ਲਈ ਆਉਂਦਾ ਪਰ ਜਦੋਂ ਆਪਣੇ ਗੁਰੂ ਦੇ ਕੋਲ ਪਹੁੰਚਿਆ ਗੁਰੂ ਨੇ ਸਵਾਲ ਕੀਤਾ ਕੀ ਗੱਲ ਵੀ ਬੜੇ ਦਬਕੇ ਦੇ ਨਾਲ ਕਿਉਂਕਿ ਉਹਨਾਂ ਜਾਣਨਾ ਸੀ ਹਾਂਜੀ 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 ਕੀ ਗੱਲ ਤੈਨੂੰ ਕੋਈ ਥਾਂ ਨਾ ਲੱਭੀ ਤੂੰ ਨਹੀਂ ਇਹਦੀ ਬਲੀ ਦੇ ਕੇ ਲਿਆ ਉਹ ਕਹਿੰਦੇ ਅੱਗੇ ਕਹਿੰਦਾ ਜੀ ਨਮਾਣੀ ਜਿਹਾ ਹੋ ਕੇ ਆਪਣੀ ਧੌਣ ਅੱਗੇ ਉਹਨਾਂ ਦੇ ਗਾੜੀ ਸੁੱਟ ਕੇ ਹੱਥ ਜੋੜ ਕੇ ਕਹਿੰਦੇ ਜੀ ਮਹਾਰਾਜ ਮੈਨੂੰ ਕੋਈ ਜਗ੍ਹਾ ਉਹ ਨਹੀਂ ਦਿਸੀ ਜਿੱਥੇ ਰੱਬ ਨਹੀਂ ਸੀ ਵੇਂਦਾ ਹਾਂਜੀ ਕਿ ਹਰ ਜਗ੍ਹਾ ਤੇ ਜਿਹੜਾ ਸੀ ਵੀ ਰੱਬ ਵੇਂਦਾ ਸੀ ਰੱਬ ਵੇਂਦਾ ਸੀ ਇਸ ਕਰਕੇ ਮੈਂ ਇਹਦੀ ਬਲੀ ਨਹੀਂ ਦਿੱਤੀ ਮੈਂ ਇਹਨੂੰ ਉਸ ਤਰ੍ਹਾਂ ਹੀ ਲੈ ਆਇਆ ਉਹਨਾਂ ਨੇ ਉਸ ਬੰਦੇ ਨੂੰ ਜਿਹੜਾ ਸੀ ਆਪਣੀ ਅੱਗੇ ਗੱਦੀ ਦੇ ਵਾਸਤੇ ਚੁਣ ਲਿਆ ਹਾਂਜੀ ਹਾਂਜੀ ਤੇ ਸਾਨੂੰ ਜਿਹੜੇ ਵੱਡਿਆਂ ਦੇ ਕੋਲੋਂ ਇਹ ਚੀਜ਼ ਦੇ ਨਸ਼ੇ ਲੱਗ ਜਾਂਦੇ ਆ ਨਾ ਉਹ ਅਸੀਂ ਅੱਜ ਸੁਣੀ ਤੇ ਅਗਲੇ ਦਿਨ ਫਿਰ ਸਾਨੂੰ ਦਾਦਾ ਜੀ ਫਿਰ ਹੋਰ ਸੁਣਾਓ ਅੱਜ ਵੀ ਮੈਨੂੰ ਉਸ ਤਰ੍ਹਾਂ ਦੀ ਸੁਣਾਓ ਉਹ ਇਸ ਤਰ੍ਹਾਂ ਦੀ ਆਦਤ ਪੈ ਗਈ ਕਿ ਮੈਨੂੰ ਇੱਥੋਂ ਤੱਕ ਪਤਾ ਕਿ ਜਦੋਂ ਉਹਨਾਂ ਦੀ ਡੈਥ ਹੋਈ ਨਾ ਉਹਨਾਂ ਨੇ ਇੱਕ ਸੋਢੀ ਚਮਤਕਾਰ ਆਪਣਾ ਧਾਰਮਿਕ ਗ੍ਰੰਥ ਉਹਨਾਂ ਦੇ ਕੋਲ ਸੀ ਉਹਨਾਂ ਨੇ ਵੇਖਿਆ ਕਿ ਕੁੜੀ ਨੂੰ ਜਿਹੜਾ ਸ਼ੌਂਕ ਹੈ ਇਸ ਗੱਲ ਦਾ ਇਹ ਕੁਦਰਤ ਦੇ ਨਾਲ ਕਾਫੀ ਜੁੜੀ ਹੋਈ ਲੱਗਦੀ ਤੇ ਉਹਨਾਂ ਨੇ ਮੈਨੂੰ ਉਹ ਜਿਹੜਾ ਗਿਫਟ ਕੀਤਾ ਅੱਛਾ ਤੇ ਗਿਫਟ ਜਿਹੜਾ ਸੀ ਉਹ ਮੈਂ ਅਜੇ ਤੱਕ ਸਾਂਭ ਕੇ ਰੱਖਿਆ ਮੇਰੇ ਕੋਲ ਜਿਹੜਾ ਜਿੱਥੇ ਵੀ ਹੋਵਾਂ ਮੇਰੇ ਨਾਲ ਹੁੰਦਾ ਹਾਂਜੀ ਅੱਗੇ ਸਾਡੀ ਨਾਨੀ ਆਉਂਦੀ ਸੀ ਉਹਨੇ ਨਾ ਜਾ ਪੈਣਾ ਉਹਨੇ ਤਾਂ ਕਹਿਣਾ ਸਤ ਨਾਮ ਵਾਹਿਗੁਰੂ ਧੰਨ ਗੁਰ ਨਾਨਕ ਤੇਰੀ ਓਟ ਲੋਟ ਕੋਟ ਉਹਨੇ ਵਾਹਿਗੁਰੂ ਨਾਂ ਲੈ ਕੇ ਰਹਿਣਾ ਹੁਣ ਮੈਂ ਦਾਦੇ ਰੋਟੀ ਖਾਣੀ ਪਹਿਲਾਂ ਬੁਰਕੀ ਰੱਖ ਦੇਣੀ ਤੋੜ ਕੇ ਅਸੀਂ ਇਹ ਕੁੱਤੇ ਵਾਸਤੇ ਆ ਪਹਿਲੀ ਬੁਰਕੀ ਕੁੱਤੇ ਵਾਸਤੇ ਤੋੜ ਕੇ ਹੁਣ ਸਾਡੇ ਬੀਜੀ ਸੀ ਉਹਨਾਂ ਨੇ ਰੋਟੀਆਂ ਪੰਜ ਪਕਾ ਕੇ ਮਿੱਠੇ ਦਾ ਹੱਥ ਲਾ ਕੇ ਉਹਨਾਂ ਨੂੰ ਨਾ ਚੋਪੜ ਕੇ ਘਿਓ ਨਾ ਉਹਨੇ ਚੂਰਮ ਕੁੱਟ ਕੇ ਕੋਠੇ ਤੇ ਪਾਉਂਦੇ ਸੀ ਕਹਿੰਦੇ ਪੰਜ ਰੋਟੀਆਂ ਕੋਠੇ ਤੇ ਪਾਓ ਜਾਨਵਰਾਂ ਨੂੰ ਵੀ ਇਹਨਾਂ ਨੇ ਰੋਟੀ ਪਾਉਣੀ ਜ਼ਰੂਰ ਹੁਣ ਤਾਂ ਪਤਾ ਨਹੀਂ ਕਿਸੇ ਨੂੰ ਹੈਗਾ ਬਿਲਕੁਲ ਹਾਂਜੀ ਹੁਣ ਮਾਹੌਲ ਦਾ ਫਰਕ ਪੈ ਗਿਆ ਅੱਗੇ ਅੱਗੇ ਜਦੋਂ ਸਮਾਂ ਬਦਲਦਾ ਜਾਂਦਾ ਬੰਦੇ ਬਦਲ ਜਾਂਦੇ ਸਾਇੰਸ ਨੇ ਜੋ ਤਰੱਕੀ ਬਾਹਲੀ ਕਰ ਲਈ ਹਰੇਕ ਪਾਸੇ ਟੀਵੀ ਹੋ ਗਿਆ ਸਾਡੇ ਵੱਡਿਆਂ ਦੇ ਵਿੱਚ ਵੱਡੀ ਚੰਗੇ ਸ਼ੌਕ ਹੋਣਗੇ ਨਾ ਬਹੁਤ ਹੋ ਗਏ ਹਾਂਜੀ ਚੰਗੇ ਸ਼ੌਕ ਹੋਣਗੇ ਤੇ ਸਾਡਾ ਟੌਪਿਕ ਵੀ ਇਹੋ ਹੀ ਸੀ ਕਿ ਅਸੀਂ ਬੱਚਿਆਂ ਨੂੰ ਚੰਗੇ ਸ਼ੌਕਾਂ ਦੇ ਨਾਲ ਲਾਵਾਂਗੇ ਹਾਂਜੀ ਹਾਂਜੀ ਉਹ ਜਦੋਂ ਚੰਗੇ ਸ਼ੌਕ ਪੈਦਾ ਹੋਣਗੇ ਚੰਗੇ ਸ਼ੌਕਾਂ ਦੇ ਵਿੱਚ ਲੱਗੇ ਰਹਿਣਗੇ ਤੇ ਉਹਨਾਂ ਤੇ ਬਾਹਰ ਜਾਣ ਦੀ ਵੀ ਟਾਈਮ ਨਹੀਂ ਹੋਊਗਾ ਉਹ ਕਿਸੇ ਮਾੜੇ ਕੋਲ ਜਿਹੜਾ ਘੱਟ ਜਾਣਗੇ ਘੱਟ ਹੀ ਉਹ ਜਿਹੜੀਆਂ ਇਹਨਾਂ ਗੱਲਾਂ ਗਾਣੇ ਕਹਿੰਦੇ ਆ ਗਾਣੇ ਮਾੜੇ ਆ ਫਿਰ ਉਹ ਆਪਣੀ ਚੁਆਇਸ ਮੁਤਾਬਕ ਚੁਣਨਗੇ ਕਿ ਇਹ ਬੰਦਾ ਰੱਬ ਦੀ ਗੱਲ ਨਹੀਂ ਕਰਦਾ ਇਹ ਬੰਦਾ ਇਸ ਤਰ੍ਹਾਂ ਦੀ ਗੱਲ ਕਰਦਾ ਮੈਨੂੰ ਜਿਹੜਾ ਵਾ
ਉਹ ਚੰਗਾ ਲੱਗਦਾ ਜਿਹੜਾ ਰੱਬ ਦੀ ਗੱਲ ਕਰੇ ਉਹ ਕੁਦਰਤੀ ਗੱਲ ਕੇ ਆਪਣਾ ਦੋਸਤ ਉਹੀ ਬਣਾਉਂਦਾ। ਸਾਡੇ ਨਾਨਕ ਸਰ ਕੋਲ ਕਲਾਸਾਂ ਲੱਗਦੀਆਂ ਬਕਾਇਦਾ ਸੈਟਰਡੇ ਸੰਡੇ ਦੋ ਦਿਨ। ਹਾਂਜੀ ਹਾਂਜੀ, ਇਹ ਬੱਚਿਆਂ ਨੂੰ ਪੜ੍ਹਾਉਣ ਵਾਸਤੇ, ਗੁਰਸਿੱਖੀ ਵਾਸਤੇ। ਹਾਂਜੀ ਸੁਣਾਓ, ਬੋਲੀ ਕੋਈ ਜਾਂਦੇ ਜਾਂਦੇ ਪਾ ਜੀ ਬੋਲੀਆਂ। ਹਾਂਜੀ ਹਾਂਜੀ, ਨੀ ਗਿੱਧੇ ਵਿੱਚ ਕੀ ਕੰਮ ਕੁੰਡ ਦਾ, ਨੀ ਗਿੱਧੇ ਵਿੱਚ ਕੀ ਕੰਮ ਕੁੰਡ ਦਾ, ਇੱਥੇ ਸੱਬੇ ਹਾਣੀ, ਨੀ ਜਾਂ ਕੁੰਡ ਕੱਢਦੀ ਬਹੁਤੀ ਸੋਹਣੀ, ਤੇ ਜਾ ਕੁੰਡ ਕੱਢਦੀ ਕਾਣੀ, ਨੀ ਤੂੰ ਤੇ ਮੈਨੂੰ ਲੱਗੇ ਮਜਾਜਣ, ਨੀ ਤੂੰ ਤੇ ਮੈਨੂੰ ਲੱਗੇ ਮਜਾਜਣ, ਮੈਂ ਕੁੰਡ ਚੋਂ ਹੀ ਅੱਕ ਪਛਾਣੀ, ਨੀ ਉੱਠ ਕੇ ਨੱਚ ਲੈਣੀ ਬਣ ਕੇ ਗਿੱਧੇ ਦੀ ਰਾਣੀ, ਤੂੰ ਉੱਠ ਕੇ ਨੱਚ ਲੈਣੀ ਬਣ ਕੇ ਗਿੱਧੇ ਦੀ ਰਾਣੀ, ਤੂੰ ਉੱਠ ਕੇ ਨੱਚ ਲੈਣੀ ਬਣ ਕੇ ਗਿੱਧੇ ਦੀ ਰਾਣੀ, ਤੂੰ ਉੱਠ ਕੇ ਨੱਚ ਲੈਣੀ। ਚਲੋ ਮੈਂ ਵੀ ਸੁਣਾ, ਮੈਂ ਹਿੰਦੀ ਸੁਣਾ ਦਿੰਦੀ ਹਾਂ। ਜਸ਼ੋ ਮਤੀ ਮਈਆ ਸੇ ਬੋਲੇ ਨੰਦ ਲਾਲਾ, ਰਾਧਾ ਕਿਉਂ ਗੋਰੀ ਮੈਂ ਕਿਉਂ ਕਾਲਾ, ਜਸ਼ੋ ਮਤੀ ਮਈਆ ਸੇ ਬੋਲੇ ਨੰਦ ਲਾਲਾ, ਰਾਧਾ ਕਿਉਂ ਗੋਰੀ ਮੈਂ ਕਿਉਂ ਕਾਲਾ। ਆਈ ਬਾਬਾ ਨਾਨਕਾ ਤੂੰ ਆਈ ਬਾਬਾ ਨਾਨਕਾ, ਇਹੋ ਜਿਹੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ, ਇਹੋ ਜਿਹੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ, ਆਪਣਾ ਪੰਜਾਬ ਵਾਲਿਆਂ ਨੂੰ ਵਧਾਈ ਬਾਬਾ ਨਾਨਕਾ, ਪੰਜਾਬ ਵਾਲਿਆਂ ਨੂੰ ਵਧਾਈ ਬਾਬਾ ਨਾਨਕਾ। ਹਾਂਜੀ, ਇੱਥੇ ਅਸੀਂ ਸਾਡਾ ਪ੍ਰੋਗਰਾਮ ਖਤਮ ਕਰਦੇ ਹਾਂ। ਨੈਕਸਟ ਵੀਕ ਫਿਰ ਅਸੀਂ ਦੋਨੋਂ ਭੈਣਾਂ ਆਵਾਂਗੇ ਫਰਾਈਡੇ 2-3 ਵਜੇ ਤੱਕ। ਹੱਸਦਾ ਨੱਚਦਾ ਤੇ ਵਸਦਾ ਰਹੇ ਸਾਡਾ ਪੰਜਾਬ। ਹਾਂਜੀ, ਸਾਰਿਆਂ ਨੂੰ ਇਜਾਜ਼ਤ, ਸਤਿ ਸ੍ਰੀ ਅਕਾਲ। ਹੈਲੋ, ਮੈਂ